ਟ੍ਰੇਲਰ ਰਿਲੀਜ਼ ਹੋਇਆ ਤਾਂ ਫਿਲਮ ਬੇਸਿਕਲੀ ਜੋ ਅਸੀਂ ਤੁਹਾਨੂੰ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਇੱਕ ਮਿਊਜ਼ੀਕਲ ਲਵ ਸਟੋਰੀ ਹੈ ਔਰ ਟ੍ਰੇਲਰ ਦੇਖ ਕੇ ਇਸ ਦੇ ਵਿੱਚ ਉਹ ਕਸ਼ਿਸ਼ ਵੀ ਨਜ਼ਰ ਆਉਂਦੀ ਹੈ ਉਹ ਮਿਊਜ਼ਿਕ ਜੋ ਥੋੜ੍ਹਾ ਜਿਹਾ ਬਾਕੀ ਮਿਊਜ਼ਿਕ ਤੋਂ ਅਨੂਠਾ ਮਿਊਜ਼ਿਕ ਹੈ ਔਰ ਮਿੱਠਾ ਮਿਊਜ਼ਿਕ ਹੈ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ ਔਰ ਆਲ ਓਵਰ ਪਸੰਦ ਕੀਤਾ ਨਹੀਂ ਸਿਰਫ ਇਹ ਹੀ ਨਹੀਂ ਕਿ ਪੰਜਾਬ 'ਚ ਵੈਸੇ ਵੀ ਪੰਜਾਬੀ ਮਿਊਜ਼ਿਕ ਦੇ ਬਾਰੇ 'ਚ ਸਾਰੇ ਹਿੰਦੁਸਤਾਨ ਕੀ ਦੁਨੀਆ ਦੇ ਵਿੱਚ ਹੁਣ ਇੱਕ ਬਹੁਤ ਬੜੀ ਪਛਾਣ ਬਣ ਗਿਆ ਹਿੰਦੁਸਤਾਨ ਦੀ ਪਛਾਣ ਪੰਜਾਬੀ ਮਿਊਜ਼ਿਕ ਅਤੇ ਤੁਹਾਡਾ ਸਭ ਨੂੰ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨਾ ਤੁਸੀਂ ਇੱਥੇ ਆਏ ਹੋ ਇਹ ਫਿਲਮ ਯੂਥਫੁੱਲ ਫਿਲਮ ਹੈ ਇਹ ਫਿਲਮ ਮਿਊਜ਼ਿਕ ਦੀ ਫਿਲਮ ਹੈ ਜਦੋਂ ਮਿਊਜ਼ਿਕ ਦੀ ਫਿਲਮ ਹੋਏ ਤਾਂ ਗੁਰੂ ਸ਼ਬਦ ਹੈ ਦੋਨੋਂ ਇਹਨਾਂ ਤੋਂ ਸ਼ੁਰੂ ਕਰੋਗੇ ਤਾਂ ਮੈਂ ਤਾਂ ਵਿੱਚ ਵਿੱਚ ਕੁਝ ਬੋਲ ਦਿਆਂਗਾ ਜਿੱਥੇ ਕਹੋ ਥੈਂਕ ਯੂ ਸਾਰਿਆਂ ਦਾ ਬਹੁਤ ਧੰਨਵਾਦ ਅਤੇ ਤੁਸੀਂ ਟੀਜ਼ਰ ਲਾਂਚ 'ਤੇ ਵੀ ਸਾਨੂੰ ਬਹੁਤ ਸਪੋਰਟ ਕੀਤੀ ਸੀ ਟ੍ਰੇਲਰ ਲਾਂਚ 'ਤੇ ਵੀ ਬਹੁਤ ਸਪੋਰਟ ਕੀਤੀ ਔਰ ਜਿੱਦਾਂ ਸਰ ਨੇ ਕਿਹਾ ਇਟਸ ਆ ਲਵ ਸਟੋਰੀ ਬਾਰਡਰਾਂ ਤੋਂ ਪਾਰ ਦੀ ਲਵ ਸਟੋਰੀ ਆ ਔਰ ਇਹ ਜਿਹੜੀ ਕਹਾਣੀ ਆ ਸਾਡੀ ਇਹ ਬੇਸਿਕਲੀ ਘਰ ਵਾਪਸ ਆਉਣ ਦੀ ਕਹਾਣੀ ਆ ਇਕਬਾਲ ਦੀ ਕਿ ਉਹ ਆਪਣੇ ਘਰ ਵਾਪਸ ਕਿੱਦਾਂ ਆਏਗਾ ਤੁਸੀਂ ਟ੍ਰੇਲਰ ਸਾਰਿਆਂ ਨੇ ਦੇਖਿਆ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ ਚਾਹੇ ਉਹ ਵਿਜੂਅਲੀ ਹੋਵੇ ਚਾਹੇ ਮਿਊਜ਼ੀਕਲੀ ਹੋਵੇ ਜਾਂ ਸਟੋਰੀ ਨੂੰ ਲੈ ਕੇ ਹੋਵੇ ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਾਫੀ ਪਸੰਦ ਆਏਗੀ ਫਿਲਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਸੋ ਤੁਸੀਂ ਬਹੁਤ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਪਿੱਛੇ ਨਾ ਰੌਲਾ ਪੈ ਰਿਹਾ ਬਹੁਤ ਜ਼ਿਆਦਾ ਤੇ ਥੋੜਾ ਨਾ ਪਿਛਲੀ ਕਾਨਫਰੰਸ ਵੀ ਏਦਾਂ ਹੀ ਹੋਇਆ ਪਲੀਜ਼ ਥੋੜਾ ਧਿਆਨ ਰੱਖਿਓ ਕਿਉਂਕਿ ਫਿਰ ਫਾਇਦਾ ਕਾਹਦਾ ਫਿਰ ਗੱਲ ਹੋ ਰਹੀ ਜੇ 15 ਮਿੰਟ ਹੀ ਚੁੱਪ ਹੋਏ ਪਰ ਇੱਕ ਹੋਰ ਕੰਮ ਕਰਦੇ ਆ ਇਹ ਤੋਂ ਬਿਨਾ ਬੋਲਾਂਗੇ ਨਾ ਮੇਰਾ ਤਾਂ ਬਹੁਤ ਜ਼ਿਆਦਾ ਵਧੀਆ ਆ ਤੇ ਹੋਰ ਹੀ ਬੇਸ ਜਿਹਾ ਮਰੀ ਜਾਂਦਾ ਬਿਲਕੁਲ ਗਲਾ ਖਰਾਬ ਬਾਕੀ ਤੋਂ ਤੁਸੀਂ ਚੁੱਪ ਕਰੋਗੇ ਫਿਰ ਆਵਾਜ਼ ਪਹੁੰਚਣੀ ਆ ਨਹੀਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਸ਼ੁਰੂ ਕਰੀਏ ਸਵਾਲ ਸੀਗਾ ਕਿ ਪੰਜਾਬ ਦੇ ਇੱਕ ਸ਼ਹਿਰ ਦੇ ਨਾਂ ਤੇ ਪਿਕਚਰ ਦਾ ਟਾਈਟਲ ਹੈਗਾ ਸੋ ਦੇਅਰ ਇਜ਼ ਐਨੀ ਟਰੂ ਇਵੈਂਟ ਕੋਈ ਸੱਚੀ ਕਹਾਣੀ ਜਾਂ ਕੋਈ ਨਾ ਜੁੜੀ ਜੀ ਇਹ 2001-02 ਇਨਸਪਾਇਰਡ ਕਹਾਣੀ ਹੈ ਜੀ ਜਦੋਂ ਆਪਣੇ ਪੰਜਾਬੀ ਜਾਂ ਕੋਈ ਵੀ ਇੰਡੀਅਨ ਟੰਕੀ ਲਾ ਕੇ ਜਦੋਂ ਬਾਹਰ ਜਾਂਦੇ ਸੀ ਤਾਂ ਟਰਕੀ ਬਾਰਡਰ ਦੇ ਜਿਹੜੇ ਫੜੇ ਜਾਂਦੇ ਸੀ ਤਾਂ ਉਹਨਾਂ ਨੂੰ ਪ੍ਰਿਜ਼ਨਰ ਐਕਸਚੇਂਜ ਪ੍ਰੋਗਰਾਮ ਦੇ ਥਰੂ ਦੂਸਰੇ ਮੁਲਕਾਂ 'ਚ ਭੇਜ ਦਿੱਤਾ ਜਾਂਦਾ ਰਿਹਾ ਸੀ ਅਤੇ ਇਹ ਵੀ ਉੱਦਾਂ ਦੀ ਸਟੋਰੀ ਆ ਜੀ ਲੈਂਦੇ ਅਤੇ ਚੜ੍ਹਦੇ ਪੰਜਾਬ ਦੀ ਜਿਹਦੇ 'ਚ ਇਕਬਾਲ ਘਰ ਵਾਪਸ ਪਰਤਣ ਦੀ ਕੋਸ਼ਿਸ਼ ਕਰਦਾ ਹੋਇਆ ਕਿਹੜੀਆਂ ਕਿਹੜੀਆਂ ਚੀਜ਼ਾਂ 'ਚੋਂ ਨਿਕਲਦਾ ਹੈ ਇਹ ਉਸ ਉਹਦੀ ਸਟੋਰੀ ਆ ਨਾ ਉਹਦੇ ਥਰੂ ਉਹਦੀ ਲਵ ਸਟੋਰੀ ਆ ਨਾ ਹਾਂਜੀ ਹਾਂਜੀ ਗੋਬਰ ਸਾਹਿਬ ਤੁਹਾਨੂੰ ਦਰਖਾਸਤ ਹੈ ਇਹ ਸਵਾਲ ਦੀ ਕਿ ਅੱਜ ਵੀ ਜਦੋਂ ਕੋਈ ਵੀ ਪ੍ਰੈਸ ਕਾਨਫਰੰਸ ਪੰਜਾਬ 'ਚ ਹੁੰਦੀ ਹੈ ਨਾ ਚੱਲ ਪਰਦੇਸੀ
ਲੌਂਗ ਦਾ ਲਿਸ਼ਕਾਰਾ, ਮਹਿੰਦੀ ਸ਼ਗਨਾਂ ਦੀ, ਇਹ ਪਿਕਚਰਾਂ ਦੀ ਗੱਲ ਕੀਤੇ ਬਿਨਾਂ ਕੰਪਲੀਟ ਨਹੀਂ ਹੁੰਦੀ ਹੋਊ। ਬੜੇ ਚਿਰਾਂ ਬਾਅਦ ਜਿਵੇਂ ਗੁਰੂ ਜੀ ਨੇ ਦੱਸਿਆ ਕਿ ਰੋਮੈਂਟਿਕ ਕੋਈ ਪਿਕਚਰ ਆ ਰਹੀ ਹੈ, ਉਹ ਜਿਹੜਾ ਦੌਰ ਸੀਗਾ ਕੀ ਸਮਝਦੇ ਹੋ ਵੀ ਉਹ ਨਾ ਰਹਿਣ ਦੀ ਵਜ੍ਹਾ ਕੀ ਰਹੀ? ਦੇਖੋ ਜੀ, ਚੰਗੀਆਂ ਕਹਾਣੀਆਂ ਜਦੋਂ ਆਉਂਦੀਆਂ ਨੇ ਅਤੇ ਮੈਨੂੰ ਲੱਗਦਾ ਹੈ ਕਿ ਉਸ ਥੋੜ੍ਹ ਜੋ ਤੁਸੀਂ ਤੁਹਾਨੂੰ ਵਿੱਚ ਗੈਪ ਆ ਗਏ ਨੇ ਜਿਹੜੇ ਅਸੀਂ ਵਿੱਚ ਜਿਵੇਂ ਮਨਮੋਹਨ ਸਿੰਘ ਨੇ ਬਣਾਈਆਂ ਸਨ ਫਿਲਮਾਂ, ਬਹੁਤ ਅੱਛੀਆਂ ਫਿਲਮਾਂ ਬਣਾਈਆਂ ਸਨ, ਅੱਛੀਆਂ ਫਿਲਮਾਂ ਬਣਦੀਆਂ ਰਹੀਆਂ ਨੇ। ਮਤਲਬ ਚੰਦ ਪਰਦੇਸੀ ਵੀ ਉਹੀ ਗਰੁੱਪ ਨੇ ਬਣਾਈ ਸੀ, ਅਸੀਂ ਸਾਰਿਆਂ ਨੇ। ਬਾਕੀ ਮਨਮੋਹਨ ਸਿੰਘ ਜੀ ਨੇ ਜਦੋਂ ਬਾਅਦ 'ਚ ਜਦੋਂ ਆਏ ਕੱਢਿਆ ਫਿਲਮ ਬਣਾਉਣਾ ਸ਼ੁਰੂ ਕੀਤਾ ਉਹਨਾਂ ਨੇ, ਅਤੇ ਉਹਨਾਂ ਨੇ ਵੀ ਉਹ ਫਿਲਮਾਂ ਨੂੰ ਉਸੇ ਤਰ੍ਹਾਂ ਦੀਆਂ ਫਿਲਮਾਂ ਨੂੰ ਫੜਿਆ ਜਿਸ ਕਹਾਣੀ ਹੋ ਗਈ। ਅਤੇ ਇਹ ਜਿਹੜੀ ਫਿਲਮ ਹੈ ਸ਼ਾਹਕੋਟ ਜਿਹੜੀ ਹੈ, ਇਹ ਉਸੇ ਲੀਕ ਦੀ ਫਿਲਮ ਹੈ। ਮਾਸੂਮ ਜੀ ਕਹਾਣੀ ਹੈ, ਕਿਰਦਾਰ ਬਹੁਤ ਚਲਾਕ ਨਹੀਂ ਗਏ ਦੇ, ਚਾਹੇ ਉੱਥੇ ਦੇ ਰਹਿਣ ਵਾਲੇ ਹੋਣ, ਕੋਈ ਮਤਲਬ ਫੱਟ ਮਾਰਨ ਵਾਸਤੇ ਨਹੀਂ ਬੈਠੇ ਕਹਿੰਦੇ ਡੰਡੇ ਚੱਕ ਲਾਂਗੇ ਗੰਡਾਸੇ ਚੱਕ ਲਾਂਗੇ, ਐਸਾ ਨਹੀਂ। ਅਤੇ ਗੱਲ ਮੁਹੱਬਤਾਂ ਦੀ ਹੈ, ਅਤੇ ਮੁਹੱਬਤ ਨਾਲ ਕਿਸ ਤਰ੍ਹਾਂ ਉਸਨੂੰ ਸਵਾਰਿਆ ਜਾ ਸਕਦਾ, ਕਿਸ ਤਰ੍ਹਾਂ ਉਹਨੂੰ ਨਿਪਟਾਇਆ ਜਾ ਸਕਦਾ, ਇਹ ਕਹਾਣੀ ਉਸੇ ਤਰ੍ਹਾਂ ਦੀਆਂ ਕਹਾਣੀ ਹੈ। ਔਰ ਸ਼ਾਇਦ ਖਾਸ ਕਰ ਜੋ ਤੁਸੀਂ ਸਵਾਲ ਪੁੱਛਿਆ, ਇਸ ਸਵਾਲ ਦਾ ਜਵਾਬ ਇਸ ਤੁਹਾਨੂੰ ਇਸ ਫਿਲਮ 'ਚ ਮਿਲੇਗਾ ਕਿ ਉਸ ਲੀਕ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਚੰਗੀ ਕਹਾਣੀ ਚਾਹੇ ਇੱਥੇ ਹੋਵੇ, ਪੰਜਾਬ ਦੀ ਹੋਵੇ, ਪੰਜਾਬੀ ਫਿਲਮਾਂ 'ਚ ਹੋਵੇ, ਚਾਹੇ ਸਾਊਥ ਦੀ ਫਿਲਮਾਂ 'ਚ ਹੋਵੇ, ਚਾਹੇ ਬੰਬਈ ਦੀ ਫਿਲਮਾਂ 'ਚ ਹੋਵੇ, ਉਹ ਫਿਲਮਾਂ ਜ਼ਿੰਦਾ ਰਹਿੰਦੀਆਂ। ਅਤੇ ਇਹ ਕੁਛ ਫਿਲਮਾਂ ਇਹੋ ਜਿਹੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੀਆਂ। ਸ਼ਾਹਕੋਟ ਉਸ ਵਿੱਚ ਇੱਕ ਹੋਏਗੀ। ਬਸ ਸਰ, ਇਹ ਕੁਛ ਮੇਰੀ ਮਾਂ ਬੋਲੀ ਸੀ, ਮੇਰਾ ਸ਼ੁਰੂਆਤ ਥੀਏਟਰ ਦਾ, ਮੇਰੀ ਫਿਲਮ ਦਾ ਸ਼ੁਰੂਆਤ ਪੰਜਾਬੀ ਫਿਲਮ ਤੋਂ ਸ਼ੁਰੂ ਹੋਇਆ ਸੀ। ਅਤੇ ਮੈਂ ਕਦੀ ਉਹ ਨਾ ਕੀਤਾ, ਮੈਂ ਬੇਸ਼ੱਕ ਮੁੰਬਈ ਕੰਮ ਕਰਦਾ ਰਿਹਾ, ਲੇਕਿਨ ਹਰ ਸਾਲ ਇੱਕ ਪੰਜਾਬੀ ਫਿਲਮ ਕਰਦਾ ਰਿਹਾ। ਸੋ ਗੁਰੂ, ਤੁਹਾਨੂੰ ਅਕਸਰ ਸਵਾਲ ਹੋ ਚੁੱਕਿਆ ਹੋਣਾ ਕੁਛ ਖੱਟਾ ਹੋ ਜਾਏ, ਲੱਗਦਾ ਨਹੀਂ ਕਿ ਜੇ ਪੰਜਾਬੀ ਫਿਲਮਾਂ ਤੋਂ ਸ਼ੁਰੂ ਕਰਦਾ ਵਧੀਆ ਰਹਿਣਾ ਸੀ? ਭਾਅ ਜੀ, ਇਹਦਾ ਜਿਹੜਾ ਸਵਾਲ ਆ ਉਹ ਮੈਂ ਸਵਾਲ ਕਰਾਂਗਾ। ਮੈਨੂੰ ਲੱਗਦਾ ਜਿਹੜੀ ਚੀਜ਼, ਦੇਖੋ ਜਿਹਦਾ ਸਾਨੂੰ ਪਤਾ ਹੋਏ ਕਿ ਅਸੀਂ ਕੀ ਕਰਨਾ ਲਾਈਫ ਦੇ ਵਿੱਚ, ਤਾਂ ਆਪਾਂ ਰੋਜ਼ ਬਿਲਕੁਲ ਸਿਸਟਮੈਟਿਕ ਉੱਦਾਂ ਹੀ ਕੰਮ ਕਰਦੇ ਰਹੀਏ। ਕਈ ਵਾਰ ਚੀਜ਼ਾਂ ਤੁਹਾਡੇ ਅੱਗੇ ਡਿਫਰੈਂਟ ਤਰੀਕੇ ਨਾਲ ਆਉਂਦੀਆਂ ਨੇ, ਕਈ ਵਾਰ ਓਪਰਚੁਨਿਟੀਜ਼ ਡਿਫਰੈਂਟ ਮਿਲ ਰਹੀਆਂ ਹੁੰਦੀਆਂ ਨੇ ਬੰਦੇ ਨੂੰ। ਅਤੇ ਮੇਰਾ ਥੋੜ੍ਹਾ ਸਟਾਈਲ ਆ ਲਾਈਫ ਜੀਣ ਦਾ ਕਿ ਮੈਂ ਜਦੋਂ ਵੀ ਮੈਨੂੰ ਕੋਈ ਵਧੀਆ ਓਪਰਚੁਨਿਟੀ ਮਿਲਦੀ ਆ ਮੈਂ ਮਿਸ ਨਹੀਂ ਕਰਦਾ, ਚਾਹੇ ਮੈਂ ਕਿਉਂਕਿ ਮੈਂ ਬੇਸਿਕਲੀ ਮੇਰੀ ਲਾਈਫ ਹੀ ਆ ਵਾ। ਜਿੱਦਾਂ ਹੁਣ ਤੁਸੀਂ ਇੱਥੋਂ ਘਰ ਜਾਣਾ ਵਾਪਸ, ਤੁਹਾਨੂੰ ਹੋਰ ਰੁਝੇਵਿਆ 'ਚ ਤੁਸੀਂ ਉਲਝ ਜਾਣਾ, ਮੈਨੂੰ ਕੋਈ ਕੰਮ ਨਹੀਂ ਉਸ ਤੋਂ ਬਿਨਾਂ। ਮੈਂ ਵਿਹਲਾ ਇਨਸਾਨ ਹਾਂ, ਜੇ ਮੈਨੂੰ ਜੇ ਮੈਂ ਸਿਰਫ ਆਹੀ ਕਰਨ ਆਇਆ ਦੁਨੀਆਂ 'ਤੇ, ਮੈਂ ਸਿਰਫ ਗਾਉਣ ਆਇਆ ਹਾਂ। ਹੁਣ ਮੈਂ ਫਿਲਮਾਂ 'ਚ, ਮੈਨੂੰ ਬਹੁਤ ਰੁਚੀ ਆ, ਮੈਂ ਫਿਲਮਾਂ ਕਰਕੇ ਬੜਾ ਮਜ਼ਾ ਆ ਰਿਹਾ। ਮੈਨੂੰ ਲੱਗਦਾ ਮੈਂ ਰੋਜ਼ ਸੈੱਟ 'ਤੇ ਜਾਵਾਂ, ਮੈਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਸ਼ੂਟ ਕਰਾਂ। ਅਤੇ ਉਹ ਫਿਰ ਜਾਂ ਕੁਛ ਖੱਟਾ ਹੋ ਜਾਏ ਹਿੰਦੀ ਫਿਲਮ ਹੋ ਜਾਏ, ਜਾਂ ਫਿਰ ਹੁਣ ਮੈਂ ਪੰਜਾਬੀ ਫਿਲਮ ਕਰ ਰਿਹਾ ਵਾਂ, ਹੋਰ ਵੀ 3-4 ਅਸੀਂ ਪੰਜਾਬੀ ਫਿਲਮਾਂ ਸ਼ੂਟ ਕਰਕੇ ਰੱਖੀਆਂ, ਜਾਂ ਮੈਂ ਕੱਲ੍ਹ ਨੂੰ ਤੈਲਗੂ ਸਿਨੇਮਾ ਤੋਂ ਮੈਨੂੰ ਕਾਲ ਆਏ ਜਾਂ ਮਲਿਆਲਮ ਤੋਂ ਕਾਲ ਆਏ, ਤਾਂ ਮੈਂ ਜਿੱਥੇ ਮੈਨੂੰ ਕੰਮ ਮਿਲੇਗਾ, ਜਿੱਥੇ ਮੈਨੂੰ ਲੋਕ ਕਹਿਣਗੇ ਕਿ ਯਾਰ ਹਾਂ ਤੇਰੇ ਵਾਸਤੇ ਇੱਕ ਵਧੀਆ ਸਕ੍ਰਿਪਟ ਆ, ਸਾਨੂੰ ਲੱਗਦਾ ਕਿ ਤੂੰ ਰੋਲ ਵਧੀਆ ਨਿਭਾ ਸਕਦਾ ਵਾਂ, ਅਤੇ ਮੈਂ ਉੱਥੇ ਜਾਵਾਂਗਾ। ਅਤੇ ਮੈਂ ਬਿਲਕੁਲ ਵਿਹਲਾ ਨਹੀਂ, ਜੇ ਤੁਹਾਡੇ ਕੋਈ ਫਿਲਮ ਹੋਏ ਤਾਂ ਦੱਸਿਓ। ਬਸ ਮੈਂ ਕਹਿੰਦਾ ਇੱਦਾਂ ਦੇ ਸਾਰੇ, ਜੇ ਸਾਰੇ ਆਪਣਾ ਪੰਜਾਬ ਇੱਦਾਂ ਦਾ ਵਿਹਲਾ ਹੋ ਜੇ ਅਤੇ ਮਤਲਬ ਨਜ਼ਾਰਾ ਆ ਜੇ। ਸਤਿ ਸ਼੍ਰੀ ਅਕਾਲ ਜੀ,
ਔਰ ਪਹਿਲੀ ਗੱਲ ਤਾਂ ਇਹ ਕਿ ਸਾਡੇ ਲਈ ਮਾਣ ਦੀ ਗੱਲ ਆ ਨਹੀਂ, ਬਹੁਤੀ ਵਾਰੀ ਇੱਦਾਂ ਹੁੰਦਾ ਜੇ ਭਾਰਤ ਅਤੇ ਪਾਕਿਸਤਾਨ ਦੀ ਗੱਲ ਕੀਤੀ ਤਾਂ ਇੱਕ ਨਫ਼ਰਤ ਦੀ ਗੱਲ ਹੁੰਦੀ ਹੈ। ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਕਿ ਗੁਰਮੁਖੀ ਅਤੇ ਸ਼ਾਹਮੁਖੀ ਸਾਨੂੰ ਇਕੱਠੀਆਂ ਇੱਕ ਸਾਨੂੰ ਨਜ਼ਰ ਆਉਣੀਆਂ, ਦੋਵੇਂ ਭਾਸ਼ਾਵਾਂ ਸਾਡੀਆਂ ਮਾਤ ਭਾਸ਼ਾਵਾਂ, ਇਹਨੂੰ ਲੱਗਦਾ ਮਾਣ ਦੀ ਗੱਲ ਸਾਡੇ ਲਈ। ਬਿਲਕੁਲ, ਕਿਉਂਕਿ ਬਹੁਤ ਸਾਰੇ ਆਪਣੇ ਜਦੋਂ ਸਾਡੀ ਸ਼ਾਹਮੁਖੀ ਵੀ ਸਾਡੀ ਪਹਿਲਾਂ ਹੁੰਦੀ ਸੀ, ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਸੀ ਮਹਾਰਾਜ ਜੀ ਸਿੰਘ ਰਾਜ ਦੇ ਵਿੱਚ, ਉਸ ਤੋਂ ਬਾਅਦ ਵੀ ਕਈ ਸਾਲ ਸਾਡੇ ਵਿੱਚ ਰਹੀ ਆ। ਐਂਡ ਸ਼ਾਹਮੁਖੀ ਗੁਰਮੁਖੀ ਕਈਆਂ ਨੂੰ ਇਹ ਨਹੀਂ ਪਤਾ ਕਿ ਲਿਪੀ ਦਾ ਫਰਕ ਹੈ, ਬੋਲੀ ਸੇਮ ਹੀ ਹੈ। ਅਤੇ ਇੱਦਾਂ ਹੀ ਜਦੋਂ ਕਿਸੇ ਯੂਥ ਨੂੰ ਉਹਦੇ ਗ੍ਰੰਥਾਂ ਤੋਂ ਜਾਂ ਜਿਹੜੇ ਉਹਦੇ ਲਿਟਰੇਚਰ ਤੋਂ ਦੂਰ ਕਰਨਾ ਹੋਵੇ ਤਾਂ ਹਮੇਸ਼ਾ ਉਹਦੀ ਭਾਸ਼ਾ ਉਹਦੇ ਸਬਜੈਕਟ 'ਚੋਂ ਕੱਢ ਦਿੱਤੀ ਜਾਂਦੀ ਹੈ। ਸੋ ਸਾਡੇ ਨਾਲ ਵੀ ਇੱਦਾਂ ਹੋਇਆ, ਆਪਣੀਆਂ ਪੁਰਾਣੀਆਂ ਫਰਦਾਂ ਸਾਰੀਆਂ ਸ਼ਾਹਮੁਖੀ 'ਚ ਨੇ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦੱਸਣ ਦੀ ਕਿ ਸ਼ਾਹਮੁਖੀ ਵੀ ਹੁੰਦੀ ਆ, ਤੁਸੀਂ ਪੜ੍ਹ ਸਕਦੇ ਹੋ, ਅਜੇ ਵੀ ਸਕੂਲਾਂ ਕਾਲਜਾਂ 'ਚ ਪੜ੍ਹਾਈ ਜਾਂਦੀ ਆ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ। ਬਿਲਕੁਲ ਜੀ, ਚਿੱਠੀਆਂ ਤੇ ਨਹੀਂ ਚਲੋ ਲਿਖੀਆਂ, ਨਵੇਂ ਸਾਲ ਦੇ ਕਾਰਡ ਜ਼ਰੂਰ ਭੇਜੇ ਨੇ, ਜਿੱਤੇ ਵਨ ਕੱਪ, ਉਹ ਕੀ ਲਿਖਦੇ ਨੇ, ਵਨ ਕੱਪ ਟੀ, ਟੂ ਕੱਪ ਬੀਅਰ, ਹੈਪੀ ਨਿਊ ਈਅਰ ਓ ਮਾਈ ਡੀਅਰ, ਅਤੇ ਉਹ ਕੀਤਾ। ਬਾਕੀ ਐਸ ਐਮ ਐਸ ਵੀ ਕੀਤੇ ਨੇ, ਕਿਉਂਕਿ ਸ਼ੁਰੂ ਸ਼ੁਰੂ 'ਚ ਫੋਨ ਹੀ ਇਕੱਲੇ ਐਸ ਐਮ ਐਸ ਐਸ ਬਾਰੇ ਆਏ ਸੀ। ਅਤੇ ਬਿਲਕੁਲ ਜਿੱਦਾਂ ਸਾਰਿਆਂ ਨੂੰ ਹੁੰਦਾ ਉੱਦਾਂ ਮੈਨੂੰ ਵੀ ਪਿਆਰ ਹੋਇਆ ਜੀ, ਕਾਲਜ 'ਚ ਵੀ ਹੋਇਆ, ਸਕੂਲ 'ਚ ਵੀ ਹੋਇਆ, ਅਤੇ ਅੱਜ ਵੀ ਮੈਂ ਪਿਆਰ 'ਚ ਹੀ ਹਾਂ, ਤਾਂ ਹੀ ਆਪਾਂ ਇੱਥੇ ਬੈਠੇ ਸਾਰੇ ਜਾਣੇ। ਬਾਕੀ ਜੇ ਉਡਾੜਾ ਤੁਹਾਨੂੰ ਆਉਂਦਾ ਤਾਂ ਬੋਲੋਗੇ ਮੇਰੇ ਨਾਲ? ਸਾਡੀ ਤਾਂ ਮੀ ਪ੍ਰੈਸ ਕਾਨਫਰੰਸ 'ਤੇ ਲੋਕ ਆ ਨਹੀਂ ਰਹੇ, ਡਰਦੇ ਮਾਰੇ ਕਿ ਮੈਂ ਉਡਾੜਾ ਬੁਲਾ ਰਿਹਾ ਸਾਰਿਆਂ ਕੋਲ। ਤੁਹਾਨੂੰ ਆਉਂਦਾ ਸਾਰਿਆਂ ਨੂੰ ਉਡਾੜਾ? ਵੈਸੇ ਆਉਂਦਾ ਪੂਰਾ? ਚਲੋ ਐਂਡ 'ਤੇ ਉਡਾੜਾ ਇਕੱਠੇ ਬੋਲ ਕੇ ਜਾਵਾਂਗੇ ਫਿਰ। ਪਰ ਖਿੱਚ ਤੋਂ ਵੀ ਪੂਰਾ ਨਹੀਂ ਕਰਨਾ, ਇੰਨਾ ਈਜ਼ੀ ਕਰ ਲੈਣਾ ਜਿੱਦਾਂ ਸਾਡੀ ਆਪਾਂ ਭਾਸ਼ਾ ਬੋਲਣ ਦੇ ਹਾਂ, ਇੱਦਾਂ ਸਾਨੂੰ ਆਈ ਥਿੰਕ ਸਾਡੇ ਪੈਂਦੀ ਅੱਖਰ ਹੋਣੇ ਚਾਹੀਦੇ ਨੇ ਸਾਰਿਆਂ ਨੂੰ। ਬਿਲਕੁਲ ਫਿਲਮਾਂ ਦੇ ਦੇਖੋ, ਜਦੋਂ ਕਿਸੇ ਵੀ ਆਰਟਿਸਟ ਦੇ ਗਾਣੇ ਚੱਲਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ, ਤਾਂ ਫਿਲਮਾਂ ਦੀ ਆਫਰ ਆਉਂਦੀਆਂ। ਮੈਨੂੰ ਵੀ ਕਾਫੀ ਟਾਈਮ ਤੋਂ 16-17 ਤੋਂ ਹੀ ਆ ਰਹੇ ਸੀ ਕਿ ਫਿਲਮਾਂ ਕਰੋ, ਬਟ ਮੈਂ ਕੋਨਫੀਡੈਂਟ ਨਹੀਂ ਸੀ ਫਿਲਮਾਂ ਨੂੰ ਲੈ ਕੇ। ਮੇਰਾ ਤਾਂ ਫਿਲਮ ਇੱਕ ਜ਼ਿੰਮੇਵਾਰੀ ਵਾਲਾ ਕੰਮ ਆ, ਸਿਨੇਮਾ ਚੇਂਜ ਵਾਸਤੇ ਹੁੰਦਾ ਵਾ, ਅਤੇ ਜੇ ਤੁਸੀਂ ਕੋਈ ਗਲਤ ਮੈਸੇਜ ਕਨਵੇ ਕਰਤਾ ਸਿਨੇਮੇ ਦੇ ਥਰੂ ਤਾਂ ਉਹ ਡੇਂਜਰਸ ਵੀ ਹੋ ਸਕਦਾ ਸੋਸਾਇਟੀ ਵਾਸਤੇ। ਅਤੇ ਮੈਨੂੰ ਲੱਗਿਆ ਸੀ ਜਦੋਂ ਮੈਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਵਾਂਗਾ ਜਾਂ ਪਹਿਲਾਂ ਆਪਣੀ ਲਾਈਫ 'ਚ ਖੁਦ ਸਟੇਬਲ ਹੋ ਜਾਵਾਂਗਾ ਐਜ਼ ਐਨ ਆਰਟਿਸਟ, ਐਜ਼ ਅ ਸਿੰਗਰ, ਅਤੇ ਫਿਰ ਫਿਲਮਾਂ ਕਰਾਂਗਾ। ਫਿਰ ਲੋਕਡਾਊਨ ਦੇ ਦੌਰਾਨ ਰਾਜੀਵ ਭਾਈ ਮੇਰੇ ਕਾਫੀ ਖਾਸ ਦੋਸਤ ਨੇ, ਅਤੇ ਉਹਨਾਂ ਨੇ ਮੈਨੂੰ ਆਹ ਸਟੋਰੀ ਸੁਣਾਈ ਸੀ। ਫਿਰ ਉਹਨਾਂ ਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਸੌਂ ਪਰਮਾਤਮਾ ਦੀ ਹੋਰ ਕਿਸੇ ਨੂੰ ਨਾ ਸੁਣਾਇਓ, ਅਤੇ ਉਹਨਾਂ ਨੇ ਫਿਰ ਮੇਰੀ ਲਾਜ ਰੱਖੀ, ਉਹਨਾਂ ਨੇ ਕਿਸੇ ਨੂੰ ਹੋਰ ਨੂੰ ਨਹੀਂ ਸਟੋਰੀ ਸੁਣਾਈ। ਅਤੇ ਜਦੋਂ ਸਾਡੇ ਕੋਲ ਅਨਿਰੁੱਧ ਹੋਣੀ ਪ੍ਰੋਡਿਊਸਰ ਆਏ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਆ, ਫਿਰ ਉਹਦੇ ਥਰੂ ਸਾਡੀ ਫਿਲਮ ਸ਼ੁਰੂ ਹੋਈ। ਅਤੇ ਫਿਲਮ ਜਦੋਂ ਬਣੀ, ਬਣ ਦੇ ਦੌਰਾਨ ਵੀ ਮੈਂ ਬਹੁਤ ਨਰਵਸ ਸੀ, ਕਿਉਂਕਿ ਬਹੁਤ ਸਾਰੇ ਵੱਡੇ ਕਲਾਕਾਰ ਸਰ ਹੋਣੀ ਹੋ ਗਏ, ਗੁਰਸ਼ਰਤ ਭਾਈ ਹੋਣੀ ਹੋ ਗਏ, ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਫਿਲਮਾਂ ਦੇ ਵਿੱਚ। ਮੇਰੀ ਪਹਿਲੀ ਫਿਲਮ ਸੀ,
ਅਤੇ ਕਿਉਂਕਿ ਸਟੋਰੀ ਵੱਲ ਨਾ ਇਹਨਾਂ ਨੂੰ ਬਹੁਤ ਵਧੀਆ ਸੀ, ਘਰ ਆਉਣ ਦੀ ਗੱਲ ਹੋਈ ਆ, ਉਹ ਵਾਪਸ ਆਪਣੇ ਘਰ ਆਉਣਾ ਚਾਹੁੰਦਾ, ਜਿੱਦਾਂ ਆਪਾਂ ਸਾਰਿਆਂ ਨੇ ਉਹਨਾਂ ਇੱਥੋਂ ਕੰਮ ਕਰਕੇ ਆਪਣੇ ਘਰ ਜਾਣਾ, ਜਾਂ ਆਪਾਂ ਕਿਸੇ ਵੀ ਸ਼ਹਿਰ ਘੁੰਮਣ ਵੀ ਜਾਈਏ ਤਾਂ ਵਾਪਸ ਕਿੱਥੇ ਜਾਣਾ, ਘਰ, ਜਾਂ ਆਊਟਸਾਈਡ ਕੰਟਰੀ ਇੰਡੀਆ ਤੋਂ ਬਾਹਰ ਵੀ ਜਾਈਏ ਤਾਂ ਵਾਪਸ ਘਰ ਹੀ ਆਉਣਾ ਸਾਰਿਆਂ ਨੂੰ ਮੁੜ ਕੇ। ਅਤੇ ਮੈਨੂੰ ਵੱਲ ਇੰਨਾ ਵਧੀਆ ਲੱਗਾ ਯਾਰ ਕਿ ਘਰ ਆਉਣ ਦੀ ਸਟੋਰੀ ਆ ਇਕਬਾਲ ਦੀ। ਅਤੇ ਡਿਊਰਿੰਗ ਦਾ ਸ਼ੂਟ ਆਲਸੋ ਮੈਂ ਥੋੜ੍ਹਾ ਬਹੁਤ ਨਰਵਸ ਸੀ, ਬਟ ਸਾਰਿਆਂ ਕੋਲ ਹੌਲੀ ਹੌਲੀ ਸਿੱਖ ਕੇ ਕੰਮ, ਅੱਜ ਮੈਂ ਬਹੁਤ ਤਕੜਾ ਐਕਟਰ ਬਣ ਗਿਆ। ਦੇਖੋ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਤਾਂ ਬਹੁਤ ਟਾਈਮ ਤੋਂ ਹੋ ਰਹੀ ਆ, ਆਪਾਂ ਉਹਨਾਂ ਫਿਲਮਾਂ ਨੂੰ ਪਿਆਰ ਵੀ ਬਹੁਤ ਦਿੱਤਾ, ਅਤੇ ਸਾਡੀ ਫਿਲਮ 'ਚ ਕੋਈ ਵੀ ਇੱਦਾਂ ਦੀ ਗੱਲ ਨਹੀਂ ਹੈਗੀ ਜਿਹਦੇ ਤੋਂ ਜਿਹਦਾ ਵਿਰੋਧ ਕੀਤਾ ਜਾਵੇ। ਮੈਨੂੰ ਲੱਗਦਾ ਆਪਾਂ ਪਿਆਰ ਦੀ ਫਿਲਮ ਬਣਾਈ ਹੈ, ਅਤੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਕੋਈ ਇੱਦਾਂ ਦੀ ਫਿਲਮ ਬਣਦੀ ਆ ਜਿਹਦੇ 'ਚ ਪਿਆਰ ਦੀ ਗੱਲ ਹੁੰਦੀ ਆ, ਤਾਂ ਉਹ ਮੈਸੇਜ ਜਿਹੜਾ ਵਾ ਜਦੋਂ ਕੋਈ ਚੀਜ਼ ਦੇਖ ਲੈਂਦਾ ਤਾਂ ਹੀ ਕਲੀਅਰ ਹੁੰਦਾ, ਜਿੰਨਾ ਚਿਰ ਚੀਜ਼ ਨਹੀਂ ਦੇਖੀ ਹੁੰਦੀ ਤਾਂ ਹਰ ਬੰਦਾ ਆਪਣੇ ਤਰੀਕੇ। ਇਹ ਕਿਹੜਾ ਫੋਨ ਆ, ਰਿੰਗਟੋਨ ਕੀ ਲਾਈ ਆ, ਰਿੰਗਟੋਨ ਤਾਂ ਉੱਧਰ ਵਾਲੀ ਲੱਗੀ ਤੇ ਜੀ। ਮੈਨੂੰ ਲੱਗਦਾ ਜਦੋਂ ਚੀਜ਼ ਦੇਖ ਲੈਂਦਾ ਕੋਈ, ਕਈ ਵਾਰ ਸਾਡੇ ਮਨ 'ਚ ਨਾ ਪਰਸੈਪਸ਼ਨ ਹੁੰਦੀ ਹੈ, ਜਿੱਦਾਂ ਤੁਹਾਨੂੰ ਤੁਹਾਡੇ ਮਨਾਂ 'ਚ ਸਾਡੇ ਸਾਰਿਆਂ ਲਈ ਕੋਈ ਨਾ ਕੋਈ ਪਰਸੈਪਸ਼ਨ ਹੋਵੇਗੀ, ਜਦੋਂ ਤੁਸੀਂ ਸਾਨੂੰ ਦੂਰੋਂ ਦੇਖਦੇ ਹੋ ਸਾਡੇ ਮਨਾਂ 'ਚ ਤੁਹਾਡੇ ਵਾਸਤੇ ਕੋਈ ਪਰਸੈਪਸ਼ਨ ਹੋਵੇਗੀ ਕਿ ਹਾਂ ਇੱਕ ਪਰਟੀਕੁਲਰ ਤਰੀਕੇ ਦੇ ਹੀ ਲੋਕ ਹੁੰਦੇ ਨੇ ਵੈਨ ਇਟ ਕਮਸ ਟੂ ਪ੍ਰੈਸ, ਜਾਂ ਪਰਟੀਕੁਲਰ ਤਰੀਕੇ ਦੇ ਲੋਕ ਹੁੰਦੇ ਨੇ ਸਿੰਗਰ ਜਾਂ ਐਕਟਰ। ਬਟ ਜਦੋਂ ਤੁਸੀਂ ਵਿਚਰਦੇ ਉਹਨਾਂ ਦੇ ਨਾਲ, ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਤੁਸੀਂ ਉਹਨਾਂ ਨੂੰ ਪਰਸਨਲ ਲੈਵਲ 'ਤੇ ਜਾਣਦੇ ਹੋ। ਸੇਮ ਸਾਡੀ ਫਿਲਮ ਆ, ਕੀ ਪਤਾ ਟ੍ਰੇਲਰ ਦੇ ਵਿੱਚ ਕੋਈ ਚੀਜ਼ ਉਹਨਾਂ ਨੂੰ ਉੱਦਾਂ ਦੀ ਲੱਗੀ ਹੋਈ ਜਿਹਦੇ 'ਚ ਉਹਨੂੰ ਲੱਗਦਾ ਹੋਇਆ ਕਿ ਆਪਾਂ ਕੋਈ ਗਲਤ ਮੈਸੇਜ ਜਾਂ ਗਲਤ ਚੀਜ਼ ਕਨਵੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਟ ਟ੍ਰੇਲਰ ਵੀ ਬਹੁਤ ਲੋਕਾਂ ਨੂੰ ਪਿਆਰ, ਲੋਕਾਂ ਦਾ ਪਿਆਰ ਮਿਲ ਰਿਹਾ, ਬਟ ਮੈਨੂੰ ਲੱਗਦਾ ਜਿਹੜੀ ਪੂਰੀ ਪਿਕਚਰ ਆ ਉਹ ਫਿਲਮ ਦੇਖਣ ਤੋਂ ਬਾਅਦ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। ਜਿਵੇਂ ਤੁਸੀਂ ਪ੍ਰੋਡਿਊਸਰ ਦੀ ਗੱਲ ਕਰਦੇ ਸੀ, ਅੱਜ ਦੀ ਡੇਟ 'ਚ ਵੀ ਇੱਕ ਵੱਡਾ ਚੈਲੰਜ ਹੈ ਪੰਜਾਬੀ ਫਿਲਮ ਲਈ ਪ੍ਰੋਡਿਊਸਰ ਲੱਭਣਾ, ਦਿੱਕਤਾਂ ਆਈਆਂ? ਨਹੀਂ, ਲੱਭਣਾ ਤਾਂ ਮੁਸ਼ਕਿਲ ਹੀ, ਸਾਡੇ ਵਰਗੇ ਬੰਦਿਆਂ ਲਈ ਤਾਂ ਠੀਕ ਆ ਪ੍ਰੋਡਿਊਸਰ ਆ ਜਾਂਦੇ ਨੇ, ਕਿਉਂਕਿ ਕਈ ਵਾਰ ਜਦੋਂ ਤੁਸੀਂ ਆਪਣੀ ਕ੍ਰੈਡੀਬਿਲਿਟੀ ਸ਼ੋਅ ਕਰ ਦਿੰਦੇ ਹੋ ਥਰੂ ਸੌਂਗਸ ਔਰ ਥਰੂ ਆਊਟ ਦਾ ਈਅਰਸ ਸ਼ੋਅ ਕਰਦੇ ਹੋ, ਇੱਕ ਦਿਨ ਦਾ ਕੰਮ ਨਹੀਂ ਆ, ਇਹ ਫਿਰ ਸਵੇਰੇ ਉੱਠ ਕੇ ਹਸਲ ਆ, ਫਿਰ ਸਵੇਰੇ ਉੱਠ ਕੇ ਜਿੱਦਾਂ ਤੁਹਾਡਾ ਸੇਮ ਲਾਉਂਦਾ, ਤੁਹਾਡਾ ਅਤੇ ਸਾਡਾ ਜਿਹੜਾ ਪ੍ਰੋਫੈਸ਼ਨ ਆ ਉਹ ਸੇਮ ਹੀ ਆ, ਆਪਾਂ ਅੱਜ ਵੀ ਨਿਊਜ਼ ਲਾਉਣੀ, ਆਪਾਂ ਕੱਲ੍ਹ ਫਿਰ ਨਿਊਜ਼ ਲਈ ਜਾਣਾ, ਪਰਸੋਂ ਫਿਰ ਜਾਣਾ, ਸੇਮ ਸਾਡਾ ਵਾ, ਆਪਾਂ ਅੱਜ ਵੀ ਸੈੱਟ 'ਤੇ ਹਾਂ, ਕੱਲ੍ਹ ਫਿਰ ਕਿਤੇ ਜਾਣਾ, ਪਰਸੋਂ ਫਿਰ ਕਿਤੇ ਜਾਣਾ, ਹਸਲ ਰਹਿੰਦਾ ਜੀ। ਅਤੇ ਪ੍ਰੋਡਿਊਸਰ ਆਈ ਥਿੰਕ ਜਦੋਂ ਜਿਹੜਾ ਸਾਡਾ ਅਨਿਰੁੱਧ ਪ੍ਰੋਡਿਊਸਰ ਆ ਉਹ ਬਹੁਤ ਵਿਜ਼ਨਰੀ ਆ, ਹੈ ਕਲਕੱਤੇ ਦਾ, ਫਿਲਮ ਪੰਜਾਬੀ ਬਣਾਈ ਆ, ਅਤੇ ਉਹ ਬਸ ਪਸ ਨਾ ਜਾਇਓ ਹੁਣ ਤੁਹਾਡੇ ਹੱਥ 'ਚ, ਕਿ ਜੇ ਫਿਲਮ ਵੇਖਣ ਜਾਓਗੇ ਤਾਂ ਅਗਲਾ ਬੰਦਾ ਹੋਰ ਕੋਨਫੀਡੈਂਟ ਹੋਏਗਾ, ਕਿਉਂਕਿ ਆਪਾਂ ਸੱਚੀ 'ਚ ਡਿਫਰੈਂਟ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਆਪਾਂ ਇੱਕ ਮੈਸੇਜ ਵਾਲਾ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਜਿਹਦੇ 'ਚ ਆਪਾਂ ਇਹਦੇ 'ਚ ਇੱਕ ਹੋਰ ਨਵਾਂ ਜਿਹੜਾ ਅਸੀਂ ਆਈ ਥਿੰਕ ਇਸ਼ੂ ਰੇਜ਼ ਕੀਤਾ ਮੈਂਟਲ ਹੈਲਥ ਨੂੰ ਲੈ ਕੇ ਕੀਤਾ, ਉਹ ਜਿਹੜੀ ਸਾਡੀ ਹੀਰੋਇਨ ਆ ਉਹਦਾ ਜਿਹੜਾ ਮੈਂਟਲ ਹੈਲਥ ਨੂੰ ਲੈ ਕੇ ਆਪਾਂ ਗੱਲ ਕੀਤੀ ਆ, ਕਿ ਕਈ ਵਾਰ ਹੁੰਦਾ ਕਿ ਆਪਾਂ ਬੀਂਗ ਪੰਜਾਬੀ ਪੰਜਾਬ 'ਚ ਜਦੋਂ ਕੋਈ ਕਹਿੰਦਾ ਯਾਰ ਮੈਂ ਡਿਪਰੈਸ਼ਨ 'ਚੋਂ ਗੁਜ਼ਰ ਰਿਹਾ ਵਾਂ ਜਾਂ ਮੈਨੂੰ ਥੋੜ੍ਹਾ ਮੈਂਟਲੀ ਪ੍ਰੋਬਲਮ ਆ, ਅਤੇ ਲੋਕ ਕਹਿੰਦੇ ਨਹੀਂ ਨਹੀਂ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹਦੇ 2 ਦਿਨ 'ਚ ਬੇੜਾ ਮਾਰੋ ਨੇ ਠੀਕ ਹੋ ਜਾਣਾ, ਬਟ ਇੱਦਾਂ ਦੀ ਗੱਲ ਨਹੀਂ ਆ, ਸਾਨੂੰ ਗੱਲ ਸੁਣਨੀ ਚਾਹੀਦੀ ਆ। ਕਈ ਵਾਰ
ਇੱਕ ਬੰਦਾ ਗੱਲ ਸੁਣਨ ਵਾਲਾ ਮਿਲ ਜਾਏ ਜਿਹੜਾ ਜੱਜ ਨਾ ਕਰੇ ਤਾਂ ਬਹੁਤ ਸਾਰੀਆਂ ਲਾਈਫ ਚੇਂਜ ਹੋ ਸਕਦੀਆਂ ਨੇ। ਸੋ ਆਪਾਂ ਵੀ ਫਿਲਮ ਦੇ ਵਿੱਚ ਇੱਦਾਂ ਦੀ ਚੀਜ਼ ਦੱਸੀ ਆ ਕਿ ਜੇ ਤੁਹਾਨੂੰ ਸਹੀ ਬੰਦਾ ਮਿਲ ਜਾਏ ਜਿਹੜਾ ਤੁਹਾਡੀ ਗੱਲ ਸੁਣ ਲਏ, ਜਿਹੜਾ ਤੁਹਾਡੇ ਮੈਸੇਜ ਨੂੰ ਜੱਜ ਨਾ ਕਰਨ ਤੋਂ ਬਿਨਾਂ ਤੁਹਾਡਾ ਸਾਥ ਦੇਵੇ, ਤਾਂ ਬਹੁਤ ਸਾਰੀਆਂ ਮੈਂਟਲ ਜਿਹੜੇ ਇਸ਼ੂਜ਼ ਨੇ ਜਾਂ ਜਿਹੜੇ ਲੋਕ ਡਿਪਰੈਸ਼ਨ 'ਚ ਨੇ ਉਹਨਾਂ ਨੂੰ ਉਹ 'ਚੋਂ ਬਾਹਰ ਕੱਢ ਕੇ ਲੈ ਕੇ ਆਇਆ ਜਾ ਸਕਦਾ। ਸੋ ਉਹ ਵੀ ਸਾਡੀ ਫਿਲਮ ਦਾ ਇੱਕ ਮੁੱਦਾ ਜੀ। ਉਸਦੇ ਬਾਰੇ ਕਿਹਾ ਜਾਂਦਾ ਕਿ ਮਰਦ ਹਮੇਸ਼ਾ ਔਰਤ ਦੀ ਪਹਿਲੀ ਮੁਹੱਬਤ ਬਣਨਾ ਚਾਹੁੰਦਾ ਤੇ ਔਰਤ ਮਰਦ ਦੀ ਆਖਰੀ ਮੁਹੱਬਤ। ਇੱਕ ਮਿੰਟ, ਤੁਸੀਂ ਮਰਦ ਨੂੰ ਕਿਵੇਂ ਪਹਿਲਾਂ ਮੈਨੂੰ ਮਰਦ ਪਹਿਲੀ ਮੈਨੂੰ ਲੱਗਦਾ ਜਿਹੜਾ ਪਿਆਰ ਮੁਹੱਬਤ ਆ ਨਾ, ਇਹ ਇਹ ਜਿਹੜਾ ਵਾ ਇਹ ਹਰ ਇੰਡੀਵਿਜੁਅਲ ਬੇਸਿਸ 'ਤੇ ਚੇਂਜ ਹੁੰਦਾ ਵਾ। ਹਰ ਇੱਕ ਬੰਦੇ ਦਾ ਆਪਣਾ ਤਰੀਕਾ ਮੁਹੱਬਤ ਦਾ ਇਜ਼ਹਾਰ ਕਰਨ ਦਾ ਜਾਂ ਮੁਹੱਬਤ ਨੂੰ ਅਡੋਪਟ ਕਰਨ ਦਾ। ਮੈਨੂੰ ਲੱਗਦਾ ਜੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਆ, ਜੇ ਤੁਸੀਂ ਕਿਸੇ ਟਰੱਸਟ ਕਰਦੇ ਹੋ, ਤਾਂ ਜੇ ਤੁਹਾਨੂੰ ਲੱਗਦਾ ਕਿ ਕਿਸੇ ਨਾਲ ਤੁਸੀਂ ਫਿਊਚਰ ਅੱਗੇ ਸਾਰੀ ਲਾਈਫ ਬਿਤਾ ਸਕਦੇ ਹੋ, ਤਾਂ ਮੁਹੱਬਤ ਤੋਂ ਵਧੀਆ ਚੀਜ਼ ਹੀ ਨਹੀਂ ਹੈ ਕੋਈ। ਹਾਂ, ਮੁਸ਼ਕਲਾਂ ਜ਼ਰੂਰ ਆਉਣਗੀਆਂ ਕਿਉਂਕਿ ਨਵੀਂ ਚੀਜ਼ ਅਡੋਪਟ ਕਰਨ 'ਚ ਹਮੇਸ਼ਾ ਮੁਸ਼ਕਲ ਆਉਂਦੀ ਆ, ਬਟ ਜਦੋਂ ਤੁਸੀਂ ਉਹਨੂੰ ਅਡੋਪਟ ਕਰ ਲੈਂਦੇ ਹੋ, ਕਦੇ ਜਦੋਂ ਉਸ ਨਾਲ ਜੀਣ ਲੱਗ ਜਾਂਦੇ ਹੋ, ਤਾਂ ਫਿਰ ਮੈਨੂੰ ਲੱਗਦਾ ਜਿਹੜੀ ਆ ਜਿਹੜਾ ਤੁਹਾਡਾ ਕੁਸ਼ਚਨ ਸੀ ਵੀ ਆਖਰੀ ਅਤੇ ਪਹਿਲੀ, ਉਹ ਫਿਰ ਸਾਰਾ ਕੁਛ ਸੇਮ ਹੀ ਆ। ਫਿਰ ਮੈਨੂੰ ਲੱਗਦਾ ਉਹ ਬੰਦੇ ਦੀ ਵੀ ਉਹ ਹੀ ਆ ਅਤੇ ਉਹ ਜਨਾਨੀ ਦਾ ਵੀ ਉਹੀ ਬੰਦਾ ਇੱਕੋ ਹੀ ਆ। ਫਿਰ ਜਿੰਨਾ ਚਿਰ ਮਰਜ਼ੀ ਖਿੱਚੀ ਜਾਓ ਫਿਰ ਉਹਦੇ, ਕਿਉਂਕਿ ਤੁਸੀਂ ਹੁਣ ਸਮਝ ਲਿਆ ਇੱਕ ਦੂਜੇ ਨੂੰ। ਬਾਕੀ ਮੈਨੂੰ ਲੱਗਦਾ ਪਿਆਰ ਇੱਕ ਇਮੋਸ਼ਨ ਆ। ਪਿਆਰ ਕਿਸੇ ਨਾਲ ਵੀ ਹੋ ਸਕਦਾ, ਕਿਸੇ ਵੇਲੇ ਵੀ ਹੋ ਸਕਦਾ ਵਾ, ਬਟ ਸੋਚ ਸਮਝ ਕੇ ਕਰਿਓ ਕਿਉਂਕਿ ਟਾਈਮ ਬਹੁਤ ਜ਼ਰੂਰੀ ਆ, ਟਾਈਮ ਵੀ ਨਾਲ ਨਾਲ ਜ਼ਰੂਰੀ ਆ ਜਿਹੜਾ ਅੱਜ ਨਿਕਲਿਆ ਟਾਈਮ ਹੈ। ਕਈ ਵਾਰ ਲੋਕ ਪਿਆਰ 'ਚ ਆਪਣੀ ਲਾਈਫ ਵੀ ਖਰਾਬ ਕਰ ਲੈਂਦੇ ਨੇ, ਸੋ ਦਿਮਾਗ ਨਾਲ ਵੀ ਪਿਆਰ ਕਰਨਾ ਜ਼ਰੂਰੀ ਆ ਅੱਜ ਦੀ ਡੇਟ ਦੇ ਵਿੱਚ। ਯਾਰ ਹੁਣ ਮੈਨੂੰ ਇੱਦਾਂ ਦੇ ਯਾਦ ਨਹੀਂ ਕਿੰਨੇ ਕੀ ਕਿਹਾ ਸੀ, ਆਈ ਥਿੰਕ ਕਮੈਂਟਸ ਆਏ ਸੀ ਸਾਰਿਆਂ ਦੇ, ਬਟ ਉਹਨਾਂ ਨੂੰ ਨਾ ਰਾਧਾ ਦਨ ਇਹ ਪੰਜਾਬੀ ਫਿਲਮ ਉਹਨਾਂ ਨੂੰ ਥੋੜ੍ਹਾ ਜਿਹਾ ਨਾ, ਕਿਉਂਕਿ ਕੈਨਵਸ ਵੱਡੇ 'ਤੇ ਸ਼ੂਟ ਹੋਈ ਆ, ਉਹਨਾਂ ਨੂੰ ਲੱਗਾ ਯਾਰ ਪੰਜਾਬੀ ਫਿਲਮਾਂ ਇੱਦਾਂ ਦੀਆਂ ਬਣ ਰਹੀਆਂ ਨੇ, ਮਤਲਬ ਕਿਉਂਕਿ ਟ੍ਰੇਲਰ ਬਹੁਤ ਵੱਡਾ ਸਾਡਾ ਟ੍ਰੇਲਰ ਬਾਬੇ ਦੀ ਮਿਹਰ ਨਾਲ ਜੋ ਆਪਾਂ ਸੋਚਿਆ ਸੀ ਉਸ ਤੋਂ ਵਧੀਆ ਬਣਿਆ, ਅਤੇ ਉਹਨਾਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜਿੰਨੇ ਮੇਰੇ ਕਲੋਜ਼ ਫਰੈਂਡਸ ਨੇ, ਉਹਨਾਂ ਨੂੰ ਹਮੇਸ਼ਾ ਪ੍ਰਾਊਡ ਫੀਲ ਹੋਇਆ ਫਰੋਮ ਡੇ ਵਨ, ਕਿਉਂਕਿ ਬਹੁਤ ਸਾਰੇ ਜਾਣੇ ਨੇ ਜਿਹੜੇ ਮੇਰੇ ਨਾਲ ਜਦੋਂ ਆਪਾਂ ਹਸਲ ਕਰਦੇ ਸੀ ਉਦੋਂ ਤੋਂ ਨੇ, ਅਤੇ ਉਹ ਵੀ ਅੱਜ ਵਧੀਆ ਆਪਣੇ ਲਾਈਫ 'ਚ ਕਰ ਰਹੇ ਨੇ, ਉਹ ਵੀ ਸੁਪਰ ਸਟਾਰਸ ਨੇ, ਅਤੇ ਸਾਰਿਆਂ ਦੀ ਸਪੋਰਟ ਹੀ ਆਪਾਂ। ਹਾਂਜੀ, ਹਾਂ ਮਤਲਬ
ਕਾਫੀ ਜਣਿਆਂ ਨੇ ਕਿਹਾ ਕਿਉਂਕਿ ਉਹ ਕੈਨਵਸ ਇੰਨਾ ਵੱਡਾ ਵਾ, ਉਹ ਵਧੀਆ ਤਰੀਕੇ ਨਾਲ ਸ਼ੂਟ ਹੋਈ ਆ, ਅਤੇ ਸਕਰੀਨ ਪਲੇ ਦੀ ਗੱਲ ਕਰੀਏ ਜਾਂ ਜੇ ਸਟੋਰੀ ਲਾਈਨ ਜਾਂ ਉਹਦੀ ਡਾਇਰੈਕਸ਼ਨ ਦੀ ਗੱਲ ਕਰੀਏ ਜਾਂ ਟੇਕਿੰਗ ਦੀ ਗੱਲ ਕਰੀਏ ਤਾਂ ਉਹ ਜ਼ਰੂਰ ਲੱਗ ਰਹੀ ਆ, ਮਤਲਬ ਵਧੀਆ ਗੱਲ ਆ। ਮੈਂ ਨਾ ਸਿਨੇਮਾ ਲਵਰ ਹਾਂ ਬਹੁਤ ਟਾਈਮ ਤੋਂ, ਜਿਹੜੀ ਮੇਰੀ ਲਾਈਫ ਆ, ਜਿਹੜੀ ਤੁਸੀਂ ਅੱਜ ਲਾਈਫ ਮੇਰੀ ਦੇਖ ਰਹੇ ਹੋ, ਇਹ ਟੀ ਵੀ ਤੋਂ ਇੰਸਪਾਇਰਡ ਆ, ਇਹ ਟੀ ਵੀ ਦਾ ਹੀ ਰਿਜ਼ਲਟ ਆ। ਜਦੋਂ ਮੈਂ ਸਿੰਗਰ, ਜਦੋਂ ਮੇਰੇ ਗਾਣੇ ਨਹੀਂ ਸੀ ਚੱਲਦੇ ਜਾਂ ਜਦੋਂ ਮੇਰੇ ਗਾਣੇ ਆਏ ਨਹੀਂ ਸੀ, ਤਾਂ ਮੈਂ ਫਿਲਮਾਂ ਤੋਂ ਇੰਸਪਾਇਰ ਹੋ ਕੇ ਐਵਰੀ ਡੇ ਆਪਣੇ ਆਪ ਨੂੰ ਮੋਟੀਵੇਟਡ ਰੱਖਦਾ ਸੀ। ਮੈਂ ਬਹੁਤ ਸਾਰਾ ਸਿਨੇਮਾ ਰੀਅਲ ਲਾਈਫ ਬੇਸ 'ਤੇ ਦੇਖਿਆ, ਬਹੁਤ ਸਾਰਾ ਸਿਨੇਮਾ ਸਪੋਰਟਸ ਮੈਨ ਜਿਹੜੇ ਨੇ ਉਹਨਾਂ ਦਾ ਦੇਖਿਆ, ਬਹੁਤ ਸਾਰਾ ਸਿਨੇਮਾ ਜਿਹੜੇ ਵਾਰ ਹੀਰੋਜ਼ ਨੇ ਉਹਨਾਂ ਦਾ ਦੇਖਿਆ ਕਿ ਯਾਰ ਇਹ ਰੋਜ਼ ਉੱਠਦੇ ਨੇ, ਫਿਰ ਇੱਕੋ ਕੰਮ ਕਰਦੇ ਨੇ, ਸਕਸੈਸ ਨਹੀਂ ਸਕਸੈਸ ਉਹ ਤਾਂ ਰੱਬ ਦੇ ਹੱਥ 'ਚ ਆ, ਬਟ ਫਿਰ ਇਹ ਸਵੇਰੇ ਉੱਠ ਕੇ ਇੱਕੋ ਕੰਮ ਕਰੀ ਜਾਂਦੇ ਨੇ। ਮੈਂ ਵੀ ਉੱਥੋਂ ਇੰਸਪਾਇਰ ਹੋ ਕੇ ਆਪਣੀ ਲਾਈਫ ਚੇਂਜ ਕੀਤੀ। ਐਂਡ ਸਿਨੇਮਾ ਦੇਖਦੇ ਦੇਖਦੇ, ਮੈਂ ਸਿਨੇਮਾ ਲਵਰ ਹਾਂ ਬਹੁਤ ਟਾਈਮ ਤੋਂ, ਆਈ ਥਿੰਕ ਮੈਂ ਐਸਾ ਇਨਸਾਨ ਹੋਵਾਂਗਾ ਸਾਰੇ ਹਿੰਦੁਸਤਾਨ ਦੇ ਵਿੱਚ ਜਿਹਨੇ ਸਭ ਤੋਂ ਜ਼ਿਆਦਾ ਫਿਲਮਾਂ ਵੱਧ ਦੇਖੀਆਂ ਹੋਣਗੀਆਂ। ਮੈਨੂੰ ਫਿਲਮਾਂ, ਮੈਂ ਜਦੋਂ ਦੱਸਿਆ ਮੈਂ ਬਹੁਤ ਵਿਹਲਾ ਜੀ, ਮੈਂ ਜੇ ਕੰਮ 'ਤੇ ਨਹੀਂ ਹਾਂ, ਜੇ ਮੇਰਾ ਕੋਈ ਸ਼ੋਅ ਨਹੀਂ ਆਇਆ, ਮੈਂ ਕੋਈ ਸ਼ੂਟ ਨਹੀਂ ਕਰ ਰਿਹਾ, ਟਰੈਵਲ ਨਹੀਂ ਕਰ ਰਿਹਾ, ਤਾਂ ਮੈਂ ਸਿਰਫ ਟੀ ਵੀ ਦੇਖ ਰਿਹਾ ਹੁੰਦਾ ਘਰ। ਮੈਂ ਬਹੁਤ ਸਾਰੀਆਂ ਫਿਲਮਾਂ, ਮੈਂ ਰੋਜ਼ ਇੱਕ ਦੋ ਫਿਲਮਾਂ ਨਿਪਟਾ ਦਿੰਦਾ ਹਾਂ, ਮਤਲਬ ਮੈਂ ਇੰਨੀਆਂ ਫਿਲਮਾਂ ਦੇਖਦਾ। ਉਹ ਦੇਖਦੇ ਦੇਖਦੇ ਫਿਲਮਾਂ ਆਈ ਥਿੰਕ ਮੇਰਾ ਮਨ ਕੀਤਾ ਯਾਰ ਹੁਣ ਮੈਂ ਰੈਡੀ ਹਾਂ ਫਿਲਮਾਂ ਵਾਸਤੇ। ਔਰ ਜਦੋਂ ਤੁਹਾਡੀ ਆਈ ਥਿੰਕ ਆਪਣੀ ਭਾਸ਼ਾ ਹੋਵੇ, ਜਦੋਂ ਜਿਹੜੇ ਤੁਸੀਂ ਰੋਜ਼ ਗੱਲ ਕਰਦੇ ਹੋ, ਬਚਪਨ ਤੋਂ ਗੱਲ ਕਰਦੇ ਹੋਏ ਆ ਰਹੇ ਹੋ, ਤਾਂ ਐਨੀਵੇਜ਼ ਬਹੁਤ ਸਾਰੀਆਂ ਚੀਜ਼ਾਂ ਈਜ਼ੀ ਹੋ ਜਾਂਦੀਆਂ ਨੇ। ਅਤੇ ਰਜੀਵ ਭਾਅ ਜੀ ਵਰਗੇ ਡਾਇਰੈਕਟਰ ਹੋਣ, ਅਤੇ ਨਾਲ ਸਰ ਹੋਣਾ ਵਰਗੀ ਸਟਾਰਕਾਸਟ ਹੋਵੇ ਜਿਨ੍ਹਾਂ ਨੇ ਲਾਈਫ ਦੇ ਦਿੱਤੀ ਆਪਣੀ ਸਿਨੇਮੇ ਨੂੰ, ਅਤੇ ਤੁਸੀਂ ਬਸ ਚਿਹਰਾ ਵੇਖ ਕੇ ਹੀ ਖੁਸ਼ ਹੋ ਜਾਂਦੇ ਹੋ, ਅਤੇ ਹਾਵ ਭਾਵ ਦੇਖ ਕੇ ਐਕਟਿੰਗ ਸ਼ੁਰੂ ਕਰ ਦਿੰਦੇ ਹੋ। ਜੇ ਤੁਹਾਡਾ ਵੀ ਮਨ ਕਰੇ ਤਾਂ ਤੁਸੀਂ ਵੀ ਕਰ ਸਕਦੇ ਹੋ, ਇਹ ਗੱਲ ਇੰਨੀ ਵੱਡੀ ਨਹੀਂ। ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ, ਟ੍ਰੇਲਰ ਦੇ ਵਿੱਚ ਇੱਕ ਡਾਇਲੋਗ ਸੁਣਨ ਨੂੰ ਮਿਲਦਾ ਹੈ ਕਿ ਪਰਦੇਸੀ ਹੋ ਜਾਣਾ ਕਿਸੇ ਮਸਲੇ ਦਾ ਹੱਲ ਹੈ, ਇਹ ਦਾਣੇ ਪਾਣੀ ਦੀ ਖੇਡ ਹੈ ਜਾਂ ਕੋਈ ਹੋਰ ਹੀ ਗੱਲ ਹੈ? ਤੁਸੀਂ ਇਸ ਤੋਂ ਪਹਿਲਾਂ ਕਿਹਾ ਕਿ ਹਰ ਪਰਦੇਸੀ ਦੇ ਦਿਲ ਦੀ ਆਸ ਹੁੰਦੀ ਹੈ ਕਿ ਉਹ ਵਾਪਸ ਆਪਣੇ ਦੇਸ਼ ਪਰਤੇ। ਤੁਸੀਂ ਬਹੁਤ ਟਰੈਵਲ ਕਰਦੇ ਹੋ, ਸੋ ਅੰਦਰ ਕਿੰਨੀ ਖਿੱਚ ਹੁੰਦੀ ਹੈ ਕਿ ਵਾਪਸ ਇੰਡੀਆ ਕਦੋਂ ਜਾਊਂਗਾ? ਜੋ ਰਿਲੈਕਸ ਮੈਂ ਉੱਥੇ ਮਹਿਸੂਸ ਕਰਦਾ ਮੈਂ ਕਿਤੇ ਵੀ ਨਹੀਂ ਕਰ ਸਕਦਾ। ਮੈਂ ਜੀ ਬਾਹਰ ਉਦੋਂ ਹੀ ਜਾਂਦਾ ਜਦੋਂ ਮੈਨੂੰ ਬਹੁਤ ਸਾਰੇ ਪੈਸੇ ਮਿਲਦੇ ਨੇ। ਮੈਂ ਆਪਣਾ ਦੇਸ਼ ਬਹੁਤ ਘੱਟ ਹੀ ਛੱਡ ਕੇ ਜਾਂਦਾ, ਆਪਾਂ ਟੂਰ 'ਤੇ ਜਾਈਦਾ ਜੋ ਜਾਈਦਾ ਵਾ, ਜੋ ਜਾਈਦਾ ਵੀ ਆ, ਅਤੇ ਜਿੱਦਾਂ ਮੈਕਸੀਮਮ 5-7 ਦਿਨਾਂ ਤੋਂ ਬਾਅਦ ਦਿਲ ਕਰਦਾ ਹੁਣ ਘਰ ਵਾਪਸ ਆਈਏ, ਫਿਰ ਮੈਂ ਵਾਪਸ ਆ ਜਾਂਦਾ ਵਾ, ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ। ਈਵਨ ਜੇ ਨੈਕਸਟ ਵੀਕਐਂਡ ਵੀ ਕਈ ਵਾਰ ਜਦੋਂ ਬਾਹਰ ਜਾਈਦਾ ਤਾਂ ਸ਼ੋਜ਼ ਫਰਾਈਡੇ ਸੈਟਰਡੇ ਸੰਡੇ ਹੁੰਦੇ ਨੇ, ਅਤੇ ਫਿਰ ਜਿਹੜੇ ਵੀਕਐਂਡ ਮੈਂ ਵਾਪਸ ਆ ਜਾਂਦਾ, ਫਿਰ ਚੱਲ ਜਾਈਦਾ ਵਾ। ਹੁਣ ਤਾਂ ਕਾਫੀ ਈਜ਼ੀ ਆ, ਬਟ ਮੈਨੂੰ ਲੱਗਦਾ ਇੰਡੀਆ 'ਚ ਵੀ ਰਹਿ ਕੇ ਜਦੋਂ ਤੁਸੀਂ ਇੰਨਾ ਟਰੈਵਲ ਕਰਦੇ ਹੋ ਤਾਂ ਪਿੰਡ ਜਾਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ ਸਾਡੇ ਸਾਰਿਆਂ 'ਚ। ਆਪਾਂ ਅਕਸਰ ਕਿਸੇ ਨੂੰ ਵੀ ਜਦੋਂ ਮਿਲੀਦਾ, ਕਿਸੇ ਵੀ ਸ਼ਹਿਰ 'ਚ ਮਿਲੀਦਾ ਵਾ ਜਾਂ ਬਾਹਰਲੇ ਦੇਸ਼ ਕਿਤੇ ਮਿਲਦਾ, ਆਪਾਂ ਸਭ ਤੋਂ ਪਹਿਲਾਂ ਚੀਜ਼ ਇਹ ਪੁੱਛੀ ਤੇਰਾ ਪਿੰਡ ਕਿਹੜਾ। ਉਹ ਆਈ ਥਿੰਕ ਉਹ ਕਨੈਕਸ਼ਨ ਸਾਡੇ ਸਾਰਿਆਂ ਦੇ ਬਚਪਨ ਤੋਂ ਹੀ ਬਣੇ ਨੇ, ਅਤੇ ਮੇਰਾ ਵੀ ਇੱਦਾਂ ਦਾ ਕਨੈਕਸ਼ਨ ਆ, ਅਤੇ ਮੈਂ ਤਾਂ ਹਮੇਸ਼ਾ, ਮੈਂ ਅੱਜ ਜੇ ਚੰਡੀਗੜ੍ਹ ਹਾਂ ਅਤੇ ਮੈਂ ਅੱਜ ਇਹਨੂੰ ਆਪਣਾ ਪਿੰਡ ਬਣਾਇਆ, ਜੇ ਮੈਂ ਕੱਲ੍ਹ ਬੋਂਬੇ ਚਲ ਗਿਆ ਤਾਂ ਫਿਰ ਬੋਂਬੇ ਪਿੰਡ ਆ, ਪਰਸੋਂ ਆਪਾਂ ਟੋਰਾਂਟੋ ਪਿੰਡ 'ਚ ਸੀ ਉਹ ਜਿਹੜਾ ਵੈਸੇ ਪਿੰਡ ਆ, ਅਤੇ ਮੈਨੂੰ ਲੱਗਦਾ ਸਾਡੇ ਸਾਰਿਆਂ 'ਚ ਪਿੰਡ ਆ, ਆਪਾਂ ਬਸ ਉਹਨੂੰ ਉਸ ਦਿਨ ਮਹਿਸੂਸ ਕਰਨ ਵਾਲੀ ਗੱਲ ਆ ਕਿ ਮਹਿਸੂਸ ਕਰ ਸਕੀਏ ਉਸ ਪਿੰਡ ਨੂੰ। ਰਾਜ ਬੱਬਰ ਸਰ, ਮੇਰਾ ਸਵਾਲ, ਰਾਜ ਬੱਬਰ
ਤੁਸੀਂ ਲੈਂਦੇ ਤਾਂ ਚੜ੍ਹਦੇ ਪੰਜਾਬ ਤੋਂ ਉਹਨਾਂ ਨੇ ਬਾਤਾਂ ਵੀ ਕੀਤੀਆਂ ਨੇ ਅਤੇ ਅਹਿਸਾਸ ਵੀ ਕੀਤਾ। ਲੈਂਦੇ ਤਾਂ ਚੜ੍ਹਦੇ ਪੰਜਾਬ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਅਤੇ ਅਸੀਂ ਸਾਰਿਆਂ ਨੇ ਕੀਤਾ, ਪਰ ਤੁਸੀਂ ਉਹ ਚੀਜ਼ਾਂ ਨੂੰ ਬਹੁਤ ਨੇੜਤਾ ਤੋਂ ਦੇਖਿਆ, ਆਪਣੇ ਗਰੀਬੀਆਂ ਤੋਂ ਵੀ ਔਰ ਆਪਣੇ ਜੇਕਰ ਬੌਂਡ ਬਰੋਡ ਦੀ ਗੱਲ ਕਰੀਏ। ਸੋ ਜਦੋਂ ਇਹ ਇੱਦਾਂ ਦੀਆਂ ਕੌਨਸੈਪਟਡ ਫਿਲਮਾਂ ਆਉਂਦੀਆਂ ਨੇ ਜਿਸਦਾ ਤੁਹਾਨੂੰ ਹਿੱਸਾ ਬਣਨ ਦਾ ਮੌਕਾ ਮਿਲਦਾ, ਸੋ ਕਦੀ ਇੱਦਾਂ ਹੁੰਦਾ ਕਿ ਕੋਈ ਇੱਕ ਚੀਜ਼ ਤੁਹਾਨੂੰ ਇੰਨੀ ਟੱਚ ਕਰ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਕਿ ਹਾਂ ਇਹ ਤਾਂ ਮੈਂ ਸੁਣੀ ਸੀ ਜਾਂ ਇਹ ਤਾਂ ਮੈਂ ਵੇਖੀ ਸੀ ਜਾਂ ਇਹ ਵਾਕਈ ਹੋਣੀ ਚਾਹੀਦੀ ਹੈ। ਕਦੀ ਤੁਹਾਡਾ ਆਊਟਪੁੱਟ ਜਾਂਦਾ ਹੋਵੇ ਜਾਂ ਕੋਈ ਇਨਪੁੱਟ ਤੁਹਾਨੂੰ ਇਮੋਸ਼ਨਲੀ ਕਨੈਕਟ ਕਰਦਾ ਹੋਵੇ। ਬਹੁਤ ਖੂਬਸੂਰਤ ਸਵਾਲ ਕੀਤਾ ਹੈ। ਬਿਲਕੁਲ ਸੱਚ ਕਿਹਾ ਕਿ ਮੇਰੀ ਜਨਰੇਸ਼ਨ ਜਿਹੜੀ ਹੈ ਉਹ ਦੋਹਾਂ ਪੰਜਾਬ ਦੇ ਬਾਰੇ 'ਚ ਬੜੀ ਕਰੀਬ ਤੋਂ ਉਹਨੇ ਮਹਿਸੂਸ ਕੀਤਾ ਹੈ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਉਸ ਤੋਂ ਗੁਜ਼ਰਿਆ ਹੋਇਆ ਕਿਉਂਕਿ ਮੈਂ ਜੰਮਿਆ ਪਜਾਈ ਇੱਥੇ ਹਾਂ, ਲੇਕਿਨ ਇਹ ਸੱਚ ਹੈ ਕਿ ਜਦੋਂ ਮੈਂ ਕਹਾਣੀਆਂ ਸੁਣਨਾ ਸਾਂ ਇੱਕ ਪਰਸੈਪਸ਼ਨ ਸੀ ਕਿ ਮਾਰਕਾਟ ਉੱਥੋਂ ਮਾਰਿਆ ਉਹਨੂੰ, ਉੱਥੋਂ ਇੱਧਰੋਂ ਮਾਰਿਆ ਇਹਨੂੰ, ਤਾਂ ਮੈਂ ਸਿਰਫ ਇੱਕ ਤਰਫਾ ਸੁਣਨਾ ਸੀ। ਲੇਕਿਨ ਆਪਣੇ ਹੀ ਘਰ 'ਚ ਮੇਰੇ ਦੋ ਪੁਆਇੰਟ ਆਫ ਵਿਊ ਸਨ, ਮੇਰੀ ਦਾਦੀ ਦਾ ਪੁਆਇੰਟ ਆਫ ਵਿਊ ਅਤੇ ਮੇਰੇ ਦਾਦੀ ਦੀ ਦਾਦਾਜੀ ਦਾ ਪੁਆਇੰਟ ਆਫ ਵਿਊ। ਦਾਦੀ ਕਹਿੰਦੀ ਸੀ ਸਾਡੇ ਘਰੋਂ ਇੰਨੇ ਮਾਰਤੇ, ਅਤੇ ਮੇਰੇ ਦਾਦਾ ਕਹਿੰਦੇ ਸਨ ਤੈਨੂੰ ਬਚਾ ਕੇ ਵੀ ਤੂੰ ਉਹਨੇ ਉਹਨਾਂ ਨੇ ਭੇਜਿਆ। ਅਤੇ ਜਦੋਂ ਕਿਸੇ ਖਾਸ ਜਾਤ ਨੂੰ ਜਾਂ ਕਿਸੇ ਧਰਮ ਨੂੰ ਜਾਂ ਕਹਿੰਦੇ ਸਨ ਕਿ ਇਹ ਸਾਰੇ ਇਹੋ ਜਿਹੇ ਹੁੰਦੇ ਨੇ, ਅਤੇ ਕਹਿੰਦੇ ਇਸੀ ਗੱਲ ਨਹੀਂ ਬੰਦੇ ਇਹੋ ਜਿਹੇ ਹੁੰਦੇ ਨੇ। ਤਾਂ ਪਹਿਲੀ ਵਾਰ ਜੋ ਮੇਰੀ ਸਮਝ ਆਇਆ ਕਿ ਜਿਸਨੇ ਮੁਹੱਬਤ ਕੀਤੀ, ਜਿਸਨੇ ਪਿਆਰ ਦਿੱਤਾ, ਕਿਉਂਕਿ ਮੇਰੇ ਦਾਦਾ ਦੇ ਉੱਤੇ ਨੂੰ ਬਹੁਤ ਜ਼ਖਮ ਲੱਗੇ ਸਨ, ਇੱਕ ਮਹੀਨਾ ਉਹਨਾਂ ਨੂੰ ਚੋਰੀ ਛੁਪੇ ਲੋਕਾਂ ਕੋਲੋਂ ਬਚਾ ਕੇ ਉਸੇ ਕੌਮ ਦੇ ਬੰਦਿਆਂ ਨੇ ਉਹਨਾਂ ਨੂੰ ਉੱਥੇ ਉਹਨਾਂ ਦਾ ਇਲਾਜ ਕੀਤਾ। ਪਬਲਿਕਲੀ ਨਹੀਂ ਕਰ ਸਕਦੇ ਸਨ ਅਤੇ ਉਹਨਾਂ ਦੇ ਦਿਲ ਦੇ ਵਿੱਚ ਉਹ ਜਦੋਂ ਬੜੀ ਮੁਸ਼ਕਿਲ ਨਾਲ ਫੌਜ ਦੇ ਇੱਕ ਟਰੱਕ ਨੂੰ ਰਿਕੁਐਸਟ ਕੀਤੀ, ਜਦੋਂ ਹਿੰਦੂ ਫੌਜੀ ਜਾ ਰਹੇ ਸਨ ਕਿ ਤੁਸੀਂ ਉਸ ਵਕਤ ਕੋਟਾ ਬਲੂਚਿਸਤਾਨ 'ਚ ਸਨ, ਸਰਵਿਸ ਕਰ ਰਹੇ ਸਨ, ਅਤੇ ਉਹ ਰੇਲਵੇ 'ਚ ਅਤੇ ਉਹਨਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਲੈ ਜਾਓ, ਇਹ ਬਾਬੂ ਜੀ ਨੇ, ਇਹਨਾਂ ਦੀ ਫੈਮਿਲੀ ਹੈ, ਇੱਕ ਬੇਟਾ ਇਹਨਾਂ ਦਾ। ਅਤੇ ਉਹ ਕਹਿੰਦੇ ਜੀ ਅਸੀਂ ਨਹੀਂ ਲਿਜਾ ਸਕਦੇ, ਸਿਵਿਲੀਅਨ ਨੂੰ ਨਹੀਂ ਲਿਜਾ ਸਕਦੇ। ਲੇਕਿਨ ਕਿਸ ਤਰ੍ਹਾਂ ਉਹਨਾਂ ਨੇ ਹੱਥ ਪੈਰ ਜੋੜੇ, ਹਾਊ ਦੇ ਹੈਵ ਟੂ ਆਲ ਦਾ ਮਨੀ, ਜੋ ਵੀ ਥੋੜ੍ਹੀ ਬਹੁਤ ਉਹਨਾਂ ਨੇ ਘਰੋਂ ਬਚੀ ਸੀ ਉਹਨਾਂ ਦੇ ਪੋਟਲੀ ਬੰਦ ਕੇ ਦਿੱਤੀ। ਸ਼ਾਇਦ ਇਸ ਫਿਲਮ ਦੇ ਵਿੱਚ ਮੈਂ ਉਹ ਅਹਿਸਾਸ ਕੀਤਾ। ਥੈਂਕ ਯੂ ਸੋ ਮਚ ਸਰ। ਮੈਂ ਦਿਸ ਇਜ਼ ਦਾ ਸਿੰਤੇ ਕਿ ਮੁਹੱਬਤ ਵਾਲੀ ਗੱਲ ਸੀ ਜਦੋਂ ਮੇਰੇ ਕੋਲ ਆਇਆ ਪਹਿਲੀ ਵਾਰੀ ਕਿ ਯਾਰ ਇਹ ਪੰਜਾਬ ਮੇ ਉਸ ਤਰਫ ਕਿ ਪੰਜਾਬ ਕੇ ਕਾ ਰੋਲ ਕਰਨਾ ਹੈ ਔਰ ਇਹ ਬੰਦਾ ਹੈ ਔਰ ਇਸਕੀ ਬੇਟੀ ਹੈ। ਮੈਂ ਖਿਆ ਨਹੀਂ ਮੁਝੇ ਨਹੀਂ ਕਰਨਾ ਹੈ, ਪਹਿਲਾ ਰਿਐਕਸ਼ਨ ਮੈਂ ਦੇਖ ਸਕਦਾ ਕਿ ਕੌਣ ਮਾਰ ਕੱਟ ਕੇ ਚੱਕਰ ਮੈਂ ਦੇਖ ਚੁੱਕਾ ਤਾਂ ਫਿਲਮੇ ਔਰ ਬਣੀ ਹੈ ਜੋ ਮਾਰੇ ਲੜਕੀ ਵਹਾਂ ਕਿ ਉਹ ਲੜਕਾ ਯਹਾਂ ਕਾ ਹੋ ਤੋ ਮਾਰ ਬੁਰੇ ਹਾਲ ਹੋ ਜਾਂਦੇ, ਸਭ ਕੁਛ ਉਖਾੜ ਪਛਾੜ ਹੋ ਜਾਂਦੇ। ਮੈਂ ਕਿਸੇ ਵੱਲ ਨਹੀਂ ਕਰਦਾ, ਮੈਂ ਕਹਿੰਦਾ ਨਹੀਂ ਯਾਰ ਕਹਿੰਦੇ ਇੱਕ ਵਾਰੀ ਸੁਣ ਤੇ ਲਓ। ਔਰ ਜੈਨੂਅਨਲੀ ਮੰਨਣਾ ਮੈਂ 10 ਮਿੰਟ ਵੀ ਲਾਈਨ ਨਹੀਂ ਸੁਣੀ, ਮੈਂ ਕਿਹਾ ਮੈਂ ਕਰ ਰਿਹਾ। ਦੈਟ ਵਾਜ਼ ਮਾਈ ਰਿਐਕਸ਼ਨ। ਜੋ ਤੁਸੀਂ ਕਿਹਾ ਨਾ ਕਦੀ ਕਦੀ ਚੀਜ਼ਾਂ ਛੂ ਜਾਂਦੀਆਂ ਨੇ, ਕਦੋਂ ਮੈਨੂੰ ਇਹ ਗੱਲ ਕਹੀ? ਬਚਪਨ 'ਚ ਮੈਂ ਸੁਣੀ ਸੀ। ਆਮ ਟਾਕਿੰਗ ਅਬਾਊਟ ਦ 1964-65 ਦੀ ਗੱਲ ਕਰ, ਮੈਂ ਉਦੋਂ ਇਹ ਗੱਲ ਸੁਣਦਾ ਸਾਂ ਆਪਣੇ ਬਜ਼ੁਰਗਾਂ ਕੋਲੋਂ, ਦਿਲ 'ਚ ਰਹਿ ਗਈ। ਔਰ ਅੱਜ ਮੈਂ ਜੋ ਫਿਲਮ ਕੀਤੀ ਉਸ ਅਹਿਸਾਸ ਵਾਸਤੇ। ਸੋ ਦੀਜ਼ ਆਰ ਦਾ ਥਿੰਗਸ ਸਮਟਾਈਮਸ ਵੈਰੀ ਕਲੋਜ਼ ਟੂ ਯੋਰ ਹਾਰਟ। ਥੈਂਕ ਯੂ ਸੋ ਮਚ ਗੁਰੂ। ਇੱਕ ਸਵਾਲ ਤੁਹਾਡੇ ਕੋਲੋਂ ਹੈ ਗੁਰੂ ਐਂਡ ਯੋਰ ਸ਼ਬਦ, ਵੀ ਆਰ ਰੀਲੀ ਪ੍ਰਾਊਡ ਆਫ ਯੂ, ਤੁਸੀਂ 뮤직 ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਗਏ ਹੋ, ਸੋਹਣਾ ਸੰਗੀਤ ਲੈ ਕੇ ਆਏ ਹੋ। ਸੋ ਤੁਸੀਂ ਖੁਦ ਇੱਕ ਲਰਨਿੰਗ ਪੀਰੀਅਡ, ਸਟਰਗਲਿੰਗ ਤਾਂ ਵੀ ਲਰਨਿੰਗ ਪੀਰੀਅਡ ਹੀ ਹੁੰਦਾ ਹੈ ਨਾ, ਲਰਨਿੰਗ ਪੀਰੀਅਡ ਤੋਂ ਅੱਜ ਦਾ ਗੁਰੂ ਰੰਧਾਵਾ ਬਣ ਚੁੱਕੇ ਹੋ, ਬਟ ਜਦੋਂ ਤੁਸੀਂ ਇੱਕ ਸ਼ੋਅ ਦੇ, ਰਿਐਲਿਟੀ ਸ਼ੋਅ ਦੇ ਮੈਂਟਰ ਵੀ ਹੋ,
ਤੁਹਾਡੇ ਵਾਂਗੂ ਬਹੁਤ ਸਾਰੇ ਲਰਨਿੰਗ ਸਟੇਜਸ ਵਾਲੇ ਤੁਹਾਡੇ ਅੱਗੇ ਆ ਕੇ ਪਰਫਾਰਮ ਕਰਦੇ ਆ। ਗੁਰੂ ਆਪਣੀ ਪਿਛਲੀ ਪੂਰੀ ਜਰਨੀ ਯਾਦ ਆਉਂਦੀ ਆ ਉਸ ਕੁਰਸੀ ਤੇ ਬੈਠ ਕੇ? ਪਹਿਲਾਂ ਤਾਂ ਥੈਂਕ ਯੂ ਤੁਹਾਡਾ, ਕਿਉਂਕਿ ਜਦੋਂ ਤੁਸੀਂ ਕਿਸੇ ਰੀਜਨ ਤੋਂ ਜਾਂਦੇ ਹੋ, ਕਿਸੇ ਸਟੇਟ ਨੂੰ ਰਿਪ੍ਰਜੈਂਟ ਕਰਦੇ ਹੋ, ਤਾਂ ਜਿੰਨੇ ਚਿਰ ਸਟੇਟ ਦੀ ਸਪੋਰਟ ਨਾ ਹੋਵੇ ਉਹਨਾਂ ਚਿਰ ਤੁਹਾਨੂੰ ਕੋਈ ਨਹੀਂ ਸੁਣਦਾ। ਪਹਿਲਾਂ ਆਪਣਿਆਂ ਦਾ ਸੁਣਨਾ ਬਹੁਤ ਜ਼ਰੂਰੀ ਹੈ। ਸੋ ਉਹਦੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਫਰੋਮ ਡੇ ਵਨ, ਮੇਰੇ ਗਾਣੇ ਨੂੰ ਸੁਣਨ ਵਾਸਤੇ ਜਾਂ ਭਾਈ ਦੇ ਗਾਣੇ ਨੂੰ, ਕਿਸੇ ਵੀ ਆਰਟਿਸਟ ਦੇ ਗਾਣੇ ਨੂੰ ਸੁਣਨ ਵਾਸਤੇ, ਕਿਉਂਕਿ ਤੁਸੀਂ ਸੁਣੋਗੇ ਤਾਂ ਹੀ ਆਰਟਿਸਟ ਹੋਰ ਚੀਜ਼ਾਂ ਨਵੀਆਂ ਨਵੀਆਂ ਕਰਨਗੇ। ਜਿੱਥੋਂ ਤੱਕ ਗੱਲ ਰਹੀ ਸ਼ੋਅ ਨੂੰ ਮੈਂਟੋਰ ਕਰਨ ਦੀ, ਉਹ ਵੀ ਪੈਨ ਇੰਡੀਆ ਲੈਵਲ 'ਤੇ ਜਿਹੜਾ ਸ਼ੋਅ ਚੱਲ ਰਿਹਾ ਸਾਰੇ ਗਾਵਾਂ ਪਾ, ਔਰ ਉੱਥੇ ਬੱਚਿਆਂ ਨੂੰ ਦੇਖਣਾ, ਮੇਰੇ ਤੋਂ ਤਾਂ ਸਾਰਿਆਂ ਨੂੰ ਜ਼ਿਆਦਾ ਹੀ ਆਉਂਦਾ ਵਾ, ਕਿਉਂਕਿ ਉਹ ਬਹੁਤ ਸਿੱਖੇ ਹੋਏ ਜਿਹੜੇ ਸਟੂਡੈਂਟਸ ਨੇ ਉੱਥੇ ਆ ਰਹੇ ਨੇ, ਅਤੇ ਮੈਂ ਤਾਂ ਰੋਜ਼ ਹੀ ਸਿੱਖ ਰਿਹਾ ਵਾਂ। ਅਤੇ ਆਈ ਥਿੰਕ ਜਿੱਦਾਂ ਤੁਸੀਂ ਦੱਸਿਆ, ਮੈਂ ਵੀ ਸਟਰਗਲ ਨਹੀਂ ਕੀਤਾ ਕਦੇ ਵੀ, ਮੈਂ ਹਾਸਲ ਕੀਤਾ ਔਲਵੇਜ਼, ਮੈਂ ਹਮੇਸ਼ਾ ਸਿੱਖਦਾ ਚੀਜ਼ਾਂ ਤੋਂ, ਅਤੇ ਹੁਣ ਵੀ ਰੋਜ਼ ਸਿੱਖ ਰਿਹਾ ਵਾਂ, ਉਹਨਾਂ ਬੱਚਿਆਂ ਤੋਂ ਵੀ ਸਿੱਖ ਰਿਹਾ ਵਾਂ, ਲਾਈਫ ਤੋਂ ਵੀ ਸਿੱਖ ਰਿਹਾ ਵਾਂ, ਜਾਂ ਕਿਸੇ ਤੋਂ ਵੀ ਜਿਹੜੀ ਚੀਜ਼ ਸਿੱਖਣ ਨੂੰ ਮਿਲਦੀ ਆ ਉਹ ਸਿੱਖਦਾ, ਕਿਉਂਕਿ ਆਈ ਥਿੰਕ ਸਾਡਾ ਸਾਰਿਆਂ ਦਾ ਫਰਜ਼ ਆ ਅਤੇ ਕੰਮ ਵੀ ਆ ਕਿ ਆਪਾਂ ਸਿੱਖਦੇ ਰਹੀਏ, ਤਾਂ ਕਿ ਅੱਗੇ ਵਧਣ ਦਾ ਸਾਨੂੰ ਅੱਗੇ ਵਧਣ ਦਾ ਇੱਕ ਰੀਜ਼ਨ ਮਿਲਦਾ ਰਹੇ। ਜੇ ਕੋਈ ਨਵੀਂ ਚੀਜ਼ ਸਿੱਖਾਂਗੇ, ਸਿੱਖਣ ਲਈ ਜਾਵਾਂਗੇ, ਤਾਂ ਰੀਜ਼ਨ ਹੋਵੇਗਾ ਕਿ ਹਾਂ ਸਵੇਰੇ ਫਿਰ ਉੱਠ ਕੇ ਕੰਮ 'ਤੇ ਜਾਣਾ, ਕਿ ਕੁਝ ਨਵਾਂ ਸਿੱਖ ਸਕਦੇ ਹਾਂ। ਥੈਂਕ ਯੂ ਸੋ ਮਚ ਤੁਸ਼ਕ, ਇੱਕ ਕਲਾਸ ਬਾਅਦ ਤੁਹਾਡੇ ਕੋਲੋਂ ਇੱਕੋ ਹੀ ਬੈਲਟ ਹੈ ਹੈ ਮਾਜਾ ਬੈਲਟ ਤੋਂ? ਨਹੀਂ ਨਹੀਂ, ਦੋ ਬੱਕਰੋ। ਸੋ ਜਦੋਂ ਮੈਨੂੰ ਇਦਾਂ ਲੱਗਦਾ ਹੈ ਕਿ ਵੈਸੇ ਤੇ ਮੁਹੱਬਤ ਦਾ ਟੈਲੈਂਟ ਦਾ ਕੋਈ ਵੀ ਇੱਕ ਬਾਉਂਡਰੀ ਨਹੀਂ ਹੁੰਦੀ ਕਿ ਤੂੰ ਇੱਥੋਂ ਦਾ ਮੈਂ ਇੱਥੇ ਦਾ, ਬਟ ਫਿਰ ਵੀ ਹੁੰਦਾ ਨਾ ਇੱਕੋ ਇਲਾਕੇ ਦੇ ਜਾਂ ਇੱਕੋ ਜਗ੍ਹਾ ਦੇ ਹੋਣ ਦੇ ਲਈ ਤੁਸੀਂ ਇੱਕ ਇਮੋਸ਼ਨਲ ਕਨੈਕਟ ਕਰ ਜਾਂਦੇ ਹੋ। ਸੋ ਉਹ ਜਿਹੜਾ ਇੱਕ ਬੈਲਟ ਵਾਲਾ ਕਨੈਕਸ਼ਨ ਸੀਗਾ, ਉਹ ਜਦੋਂ ਮਿਊਜ਼ੀਕਲ ਦੋਨੋਂ ਇੱਕ ਦੂਜੇ ਦੇ ਨਾਲ ਤੁਸੀਂ ਆਪਣਾ ਐਕਸ਼ਨ ਰਿਐਕਸ਼ਨ ਦਿੰਦੇ ਸੀਗੇ, ਕਿਉਂਕਿ ਮੈਂ ਸੁਣਿਆ ਸੈੱਟ 'ਤੇ ਤੁਸੀਂ ਬੜੇ ਗੀਤ ਇੱਕ ਦੂਜੇ ਨੂੰ ਸੁਣਾਉਂਦੇ ਸੀ, ਸੋ ਉਹ ਵਾਈਬ, ਉਹ ਬੌਂਡ, ਉਹ ਲਰਨਿੰਗ, ਉਹ ਮਿਊਜ਼ਿਕ ਪ੍ਰੋਸੈਸ ਕਿੱਦਾਂ ਚੱਲਿਆ ਔਨ ਸੈੱਟ? ਮਤਲਬ ਮੈਨੂੰ ਲੱਗਦਾ ਕਿ ਜਦੋਂ ਤੁਹਾਡੀ ਬੋਲੀ ਡਾਇਲੈਕਟ ਸੇਮ ਹੋਵੇ ਨਾ, ਤਾਂ ਤੁਸੀਂ ਬਹੁਤ ਜ਼ਿਆਦਾ ਜੁੜ ਜਾਂਦੇ ਜੀ ਉਸ ਚੀਜ਼ ਨਾਲ, ਕਿਉਂਕਿ ਐਕਸ਼ਨ ਰਿਐਕਸ਼ਨ ਜਿਹੜੇ ਹੁੰਦੇ ਨਾ, ਜਿਵੇਂ ਮੰਨ ਲਓ ਕਿ ਮੈਂ ਜੇ ਗੁਰੂ ਵੀਰ ਮਾਰਵੇ ਤੋਂ ਕਹਿੰਦੇ, ਮੈਂ ਉਹਨਾਂ ਨੂੰ ਕਹਿੰਦਾ ਕਿਹਦੇ 'ਤੇ ਆਇਆ, ਇਹਨੇ ਕਹਿੰਦੇ ਬੱਸ 'ਤੇ ਆਇਆ, ਹੁਣ ਜੇ ਸਭ ਮੈਨੂੰ ਕੋਈ ਪੁੱਛੇ ਹੁਣ ਪੁੱਛਾ ਕਿਹਦੇ 'ਤੇ ਆਇਆ, ਇਹਨੇ ਕਹਿੰਦਾ ਬੱਸੇ। ਸੋ ਇੱਦਾਂ ਹੀ ਮਿਊਜ਼ਿਕ ਦੇ ਵਿੱਚ ਹੋਇਆ ਸਾਨੂੰ, ਕਿ ਮਤਲਬ ਜਦੋਂ ਮਿਊਜ਼ਿਕ ਬਣਾਉਂਦੇ ਸੀ ਉਹ ਲਫ਼ਜ਼ ਜਿਹੜੇ ਵਿੱਚ ਪਾਉਣੇ ਜਾਂ ਕੀ ਕਰਨਾ, ਜਾਂ ਜੇ ਇਹਨਾਂ ਦੇ ਦਿਮਾਗ 'ਚ ਕੰਪੋਜ਼ ਆਈ, ਇਹਨਾਂ ਕਹਿਣਾ ਕਿ ਆਹ ਇੱਦਾਂ ਸਾਡਾ ਸੰਦੀਪ ਔਲਖ ਜਿਹਨਾਂ ਨੇ ਗਾਣੇ ਲਿਖੇ ਨੇ ਉਹ ਮਾਲਵੇ ਤੋਂ ਨੇ। ਸੋ ਇਹ ਉਹਨੂੰ ਉਸ ਹਿਸਾਬ ਨਾਲ ਡਿਸਕਸ ਕਰਨਾ ਕਿ ਚੱਲ ਉਹਨੂੰ ਆਪਾਂ ਲਾਹੌਰ ਦੀ ਫਿਲਮ ਆ ਜਾਂ ਇਹ ਸ਼ਾਹਪੁਰ ਤੋਂ ਨੇ, ਉਹਨੂੰ ਉਸ ਹਿਸਾਬ ਨਾਲ ਹੀ ਅਸੀਂ ਸਭ ਕੁਛ ਕੀਤਾ। ਔਰ ਬੋਲੀ ਦੇ ਨਾਲ ਬੌਂਡ ਬਣਦਾ ਹੀ ਮੈਨੂੰ ਲੱਗਦਾ, ਕਿ ਹਮੇਸ਼ਾ ਹੁੰਦਾ ਹੀ ਆ, ਪਹਿਲਾਂ ਤਾਂ ਪੰਜਾਬੀ ਆ ਫਿਰ ਇਲਾਕਾ ਆਪਣਾ। ਸੋ ਬਹੁਤ ਵਧੀਆ ਰਿਹਾ ਸਫ਼ਰ, ਤੋ ਗੀਤ ਬਹੁਤ ਸੋਹਣੇ ਬਣੇ, ਸਾਰੇ ਸਾਰੇ ਬਹੁਤ ਪਿਆਰ ਦੇ ਰਹੇ ਨੇ, ਮੈਨੂੰ ਆਪ ਨੂੰ ਬੜੇ ਚੰਗੇ ਲੱਗਦੇ, ਮੇਰੇ ਸਵੇਰ ਦੇ ਗੀਤ 'ਤੇ ਲੱਗੇ ਹੋਏ। ਥੈਂਕ ਯੂ ਸੋ ਮਚ, ਆਲ ਦਾ ਵੈਰੀ ਬੈਸਟ। ਥੈਂਕ ਯੂ ਮੈਮ। ਜਿਹੜਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਾਲਾ ਸ਼ਾਹਕੋਟ, ਉਹ ਦੋਵਾਂ ਪਾਸੇ ਆ ਪੰਜਾਬੀਆਂ 'ਚ, ਅਤੇ ਇਹ ਸਟੋਰੀ ਵੀ ਕੁਛ ਇੱਦਾਂ ਦੀ ਆ ਜਿਹਦੇ 'ਚ ਦੋ ਸ਼ਾਹਕੋਟਾਂ ਦੀ ਗੱਲ ਹੋਈ ਆ। ਪਰ ਇਹ ਮੈਨੂੰ ਲੱਗਦਾ ਫਿਲਮ ਵੇਖੋਗੇ ਤਾਂ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ ਵੀ ਕਿਉਂ ਰੱਖਿਆ ਨਾਂ। ਵੈਸੇ ਨਾਂ ਜਿਹੜਾ ਬੜਾ ਮੂੰਹ ਭਰ ਕੇ ਨਹੀਂ ਆਇਆ ਹੁੰਦਾ ਸ਼ਾਹਕੋਟ, ਅਤੇ ਤਾਂ ਵੀ ਰੱਖਦਾ ਸੀ ਨਾਂ, ਕਿਉਂਕਿ ਜਗਾਵਾਂ ਤਾਂ ਹੋਰ ਵੀ ਬਹੁਤ ਨੇ ਜਿਹੜੀਆਂ ਉੱਧਰ ਵੀ ਅਤੇ ਇੱਧਰ ਵੀ ਨਾਮ ਨੇ। ਬਟ ਆਈ ਥਿੰਕ ਕੌਣ ਆਇਆ
ਹਾਂਜੀ ਅੱਛਾ ਸੀਮਾ ਮੈਮ ਆਏ ਮੈਮ ਸਤਿ ਸ਼੍ਰੀ ਅਕਾਲ ਆ ਜਾਓ ਮੈਮ ਕੀ ਹਾਲ ਚਾਲ ਠੀਕ ਠਾਕ ਵਧਾਈਆਂ ਮੈਮ ਟ੍ਰੇਲਰ ਆ ਗਿਆ ਤੇ ਉਹਦੇ ਵਾਸਤੇ ਫਿਲਮ ਵੇਖਣੀ ਪਈ ਹੈ ਤੇ ਜ਼ਰੂਰ ਵੇਖਿਓ ਤੁਸੀਂ ਫਿਲਮ ਫਿਲਮ ਵੈਸੇ ਬਹੁਤ ਵਧੀਆ ਬਣੀ ਆ ਇਹ ਨਹੀਂ ਵੀ ਆਪਾਂ ਹੁਣ ਬਣਾ ਲਈ ਤੇ ਆਪਾਂ ਮੈਂ ਅੱਗੇ ਭਾਜੀ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਮਤਲਬ ਹੁਣ ਫਿਲਮ ਇੱਕ ਤਾਂ ਆਪਾਂ ਪਹਿਲਾਂ ਫਿਲਮ ਬਣਾਈ ਇੰਨੀ ਵਧੀਆ ਹੈ ਨਾ ਇੰਨੀ ਮਿਹਨਤ ਨਾਲ ਦੂਜਾ ਉਹਦਾ ਮਿਊਜ਼ਿਕ ਇੰਨਾ ਸੋਹਣਾ ਡੀਸੈਂਟ ਮਿਊਜ਼ਿਕ ਜਿਹੜੀ ਆਪਾਂ ਸਾਰੇ ਲੋਕ ਉਮੀਦ ਕਰਦੇ ਯਾਰ ਗੱਲਾਂ ਪਲੀਜ਼ ਬਾਅਦ 'ਚ ਕਰ ਲਿਓ ਪਲੀਜ਼ ਫਿਰ ਆਪਾਂ ਚਲ ਜਾਣਾ ਫਿਰ ਉਦੋਂ ਕਰਿਓ ਗੱਲਾਂ ਦੂਸਰੀ ਚੀਜ਼ ਆ ਮਿਊਜ਼ਿਕ ਵੈਸੇ ਆਪਾਂ ਸਾਰੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਵੈਸੇ ਆਪਾਂ ਸਾਰੇ ਹਰ ਕੋਈ ਕਹਿੰਦਾ ਕਿ ਯਾਰ ਇੱਦਾਂ ਦਾ ਹੋਣਾ ਚਾਹੀਦਾ ਉੱਦਾਂ ਦਾ ਹੋਣਾ ਚਾਹੀਦਾ ਉਹ ਵੀ ਆਪਾਂ ਧਿਆਨ 'ਚ ਰੱਖਿਆ ਤੀਜੀ ਚੀਜ਼ ਸਟੋਰੀ ਬਹੁਤ ਘੈਂਟ ਆ ਪਿਆਰ ਦੀ ਗੱਲ ਆ ਲਵ ਸਟੋਰੀ ਆ ਚੌਥੀ ਚੀਜ਼ ਘਰ ਵਾਪਸ ਆਉਣ ਦੀ ਸਟੋਰੀ ਆ ਮੈਂ ਭਾਜੀ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਯਾਰ ਹੁਣ ਟ੍ਰੇਲਰ ਆ ਗਿਆ ਗਾਣੇ ਆ ਗਏ ਸਾਰਾ ਕੁਛ ਹੋ ਗਿਆ ਵਾ ਅਤੇ ਮੈਂ ਕਿਹਾ ਹੁਣ ਮਤਲਬ ਤਰਲੇ ਮਾਰੀਏ ਵੀ ਫਿਲਮ ਵੇਖਣਾ ਮਤਲਬ ਇਹ ਵੀ ਹੁੰਦਾ ਵਾ ਮਤਲਬ ਪ੍ਰਮੋਸ਼ਨ ਕਿੱਦਾਂ ਕਰਨੀ ਆ ਮਤਲਬ ਅਤੇ ਭਾਜੀ ਕਹਿੰਦੇ ਫਿਰ ਭਾਈ ਕਹਿੰਦੇ ਗਿੱਪੀ ਭਾਈ ਨੂੰ ਪੁੱਛਣਾ ਪੈਣਾ ਕਿਉਂਕਿ ਮੈਨੂੰ ਬਿਲਕੁਲ ਨਹੀਂ ਪਤਾ ਕਿ ਕੀ ਕਵਾਂ ਹੁਣ ਮੈਂ ਮਤਲਬ ਹੁਣ ਕਿਹੜੀ ਚੀਜ਼ ਅਸੀਂ ਪੇਸ਼ ਕਰਦਾ ਜਾਂ ਕਸ਼ ਕਬੂਤਰ ਕੱਢਦਾ ਵੀ ਆਹ ਦੇਖੋ ਵੀ ਇੱਦਾਂ ਦੀ ਫਿਲਮ ਆ ਸਾਡੀ ਆਹ ਸ਼ਾਮ ਨੂੰ ਡਰਦਾ ਬਟ ਲਿਟਰਲੀ ਇਹ ਫਿਲਮ ਬਹੁਤ ਜ਼ਿਆਦਾ ਵਧੀਆ ਵਾ ਤੁਸੀਂ ਮੈਨੂੰ ਲੱਗਦਾ ਜਿਹੜਾ ਜਿਹੜਾ ਆਪਾਂ ਜੇ ਕੱਲ੍ਹ ਹੀ ਦੇਖੀ ਆਪਾਂ ਵੀ ਪਹਿਲੀ ਵਾਰ ਰਾਤੀ ਮੈਂ ਬੰਬੇ ਫਿਲਮ ਦੇਖਿਆ ਪਹਿਲੀ ਵਾਰ ਅਤੇ ਮੈਨੂੰ ਮੈਨੂੰ ਸੱਚੀ ਆਪਣੇ ਆਪ 'ਤੇ ਬਹੁਤ ਪ੍ਰਾਊਡ ਫੀਲ ਹੋਇਆ ਐਂਡ ਸਾਰੇ ਕਰੈਕਟਰਸ ਨੇ ਜਿਹੜੇ ਇਹ ਸੱਚੀ 'ਚ ਸਿਨੇਮਾ ਪ੍ਰਜੈਂਟ ਕੀਤਾ ਸੀ ਇਹ ਜੇ ਆਪਾਂ ਨਹੀਂ ਦੇਖਾਂਗੇ ਫਿਲਮ ਜਾਂ ਅਸੀਂ ਕਹਾਂਗੇ ਕੋਈ ਨਹੀਂ ਇੱਕ ਵਨ ਆਫ ਦਾ ਫੇਅਰ ਫਿਲਮ ਆ ਗਈ ਹੈ ਉੱਦਾਂ ਦੀ ਫਿਰ ਸਾਡਾ ਆਪਣਾ ਲੋਸ ਆ ਇਹਦੇ ਵਿੱਚ ਇਹਦੇ 'ਚ ਕੋਈ ਉਪਲਬਧੀ ਨਹੀਂ ਆ ਇਹਦੇ 'ਚ ਸਾਡਾ ਲੋਸ ਆ ਕਿਉਂਕਿ ਫਿਰ ਵਧੀਆ ਸਿਨੇਮਾ ਫਿਰ ਆਪਾਂ ਤਾਂਘ 'ਚ ਰਹਿੰਦੇ ਹਾਂ ਜੇ ਕੋਈ ਬਣਾਉਂਦਾ ਫਿਰ ਉਹਨੂੰ ਆਪਾਂ ਜੇ ਨਹੀਂ ਵੇਖਾਂਗੇ ਉਹ ਫਿਰ ਸਾਡਾ ਮੈਨੂੰ ਲੱਗਦਾ ਫਿਰ ਅੱਗੇ ਵਧੀਆ ਐਫਰਟ ਨਹੀਂ ਬਣਨਗੇ ਫਿਲਮਾਂ ਬਣਾਉਣ ਦੇ ਬਟ ਸੱਚੀ 'ਚ ਫਿਲਮ ਦੇਖ ਆਇਓ ਸਾਨੂੰ ਤਾਂ ਪ੍ਰਮੋਟ ਵੀ ਨਹੀਂ ਕਰਨੀ ਆਉਂਦੀ ਮੈਨੂੰ ਤਾਂ ਵੈਸੇ ਵੀ ਮੈਨੂੰ ਪ੍ਰਮੋਟ ਮੈਮ ਤੁਸੀਂ ਤਾਂ ਵਾਹਵਾ ਕੀਤੀਆਂ ਦੱਸੋ ਮਾੜਾ ਜਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰੂੰਗੀ ਸ਼ੁਕਰੀਆ ਕਰੂੰਗੀ ਤਹਿ ਦਿਲ ਤੋਂ ਕਿਉਂਕਿ ਜੇ ਤੁਸੀਂ ਸਾਡਾ ਸਾਥ ਨਾ ਦਿਓ ਤਾਂ ਫਿਰ ਸ਼ਾਇਦ ਗੱਲ ਨਹੀਂ ਬਣਦੀ ਆਪਾਂ ਹੁਣ ਥੋੜ੍ਹੇ ਦਿਨ ਪਹਿਲਾਂ ਵੀ ਇਕੱਠੇ ਹੋ ਕੇ ਹਟੇ ਹੁਣ ਬੈਕ ਟੂ ਬੈਕ ਇਕੱਠੇ ਹੋ ਰਹੇ ਹਾਂ ਕਿਹੜੀ ਫਿਲਮ ਪਹਿਲਾਂ ਬੀਬੀ ਰਜਨੀ ਫਿਰ ਅਰਦਾਸ ਤੇ ਹੁਣ ਨੇ ਦੋਵੇਂ ਇੱਕ ਸੁਪਰ ਹਿੱਟ ਫਿਲਮ ਮੈਮ ਚੰਗਾ ਕੀਤਾ ਤੁਸੀਂ ਆ ਗਏ ਗਿੱਪੀ ਭਾਈ ਤਾਂ ਦੇਖ ਕੇ ਆਏ ਹਾਂ ਗਿੱਪੀ ਭਾਈ ਤਾਂ ਦੇਖ ਕੇ ਆਏ ਹੋ ਤੁਸੀਂ ਤੇ ਇਸ ਕਰਕੇ ਮੀਡੀਆ ਦਾ ਨਾ ਬਹੁਤ ਹੱਥ ਹੁੰਦਾ ਕਿਉਂਕਿ ਇਹ ਘਰ ਘਰ ਪਹੁੰਚਾਉਣਾ ਤੁਸੀਂ ਅਸੀਂ ਤਾਂ ਘਰ ਘਰ ਨਹੀਂ ਜਾ ਸਕਦੇ ਅਸੀਂ ਫਿਲਮ ਬਣਾਈ ਹੈ ਸਾਨੂੰ ਪਸੰਦ ਵੀ ਆ ਰਹੀ ਹੈ ਆਪਣਾ ਕੰਮ ਸਾਰਿਆਂ ਨੂੰ ਪਸੰਦ ਆਉਂਦਾ ਪਰ ਇਹ ਹੈ ਕਿ ਤੁਹਾਨੂੰ ਦੇਖ ਕੇ ਪਤਾ ਲੱਗੂ ਤੁਸੀਂ ਦੱਸ ਸਕਦੇ ਹੋ ਬਿਹਤਰ ਕਿ ਤੁਹਾਨੂੰ ਕਿੱਦਾਂ ਦਾ ਸਾਡਾ ਟੀਜ਼ਰ ਟ੍ਰੇਲਰ ਅਤੇ ਗਾਣੇ ਕਿਵੇਂ ਲੱਗੇ ਨੇ ਬਾਕੀ ਮੈਂ ਤਾਂ ਤੁਹਾਨੂੰ ਇੱਕੋ ਹੀ ਕਹੂੰਗੀ ਵੀ ਜਿਵੇਂ ਤੁਸੀਂ ਪਹਿਲਾਂ ਸਾਡੀ ਪ੍ਰਮੋਸ਼ਨ ਕਰਦੇ ਹੋ ਘਰ ਘਰ ਸੁਨੇਹਾ ਪਹੁੰਚਾਉਂਦੇ ਹੋ ਐਵੇਂ ਹੀ ਹੁਣ ਤੁਸੀਂ ਪਹੁੰਚਾਉਣਾ ਹੈ ਕਿਉਂਕਿ ਸ਼ਾਹਕੋਟ ਬਹੁਤ ਸੋਹਣੀ ਫਿਲਮ ਬਣੀ ਹੈ ਅਤੇ ਵੈਸੇ ਵੀ ਬਹੁਤ ਪਿਆਰਾ ਜਿਹਾ ਬੱਚਾ ਹੈ ਇਹ ਪ੍ਰਮੋਸ਼ਨ ਵਿਚਾਰੇ ਨੂੰ ਕਰਨੀ ਨਹੀਂ ਆਉਂਦੀ ਇਹ ਹੁਣ ਤੁਸੀਂ ਕਰਨੀ ਸੋ ਥੈਂਕ ਯੂ ਸੋ ਮੱਚ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਰਾਜ ਬੱਬਰ ਜੀ ਜਿਨ੍ਹਾਂ ਨੂੰ ਅਸੀਂ ਦੇਖਦੇ ਸੀ ਪਰਦੇ 'ਤੇ ਅਤੇ ਅੱਜ ਪਰਮਾਤਮਾ ਨੇ ਸਾਨੂੰ ਨਾਲ ਬਿਠਾਇਆ ਅਤੇ ਬਹੁਤ ਅਸੀਂ
ਦਿਲ ਤੋਂ ਸ਼ੁਕਰੀਆ ਕਰਦੇ ਹਾਂ, ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਹਾਂ ਕਿ ਸੋਹਣੀਆਂ ਫਿਲਮਾਂ ਬਣਦੀਆਂ ਨੇ ਅਤੇ ਉਹਨਾਂ ਦਾ ਅਸੀਂ ਹਿੱਸਾ ਬਣਦੇ ਹਾਂ, ਅਤੇ ਇਹ ਵੀ ਜਿਹੜਾ ਸੁਨੇਹਾ ਤੁਸੀਂ ਉਹ ਲਾਉਣਾ ਹੈ, ਅਤੇ ਸਾਡੀ ਜਿਹੜੀ ਮਦਦ ਹੈ, ਸਾਡੀ ਜਿਹੜੀ ਪ੍ਰਮੋਸ਼ਨ ਹੈ ਉਹ ਤੁਸੀਂ ਕਰਨੀ ਹੈ। ਥੈਂਕ ਯੂ ਸੋ ਮੱਚ, ਥੈਂਕ ਯੂ। ਗੁਰੂ ਦਾ ਇੱਕ ਹੋਰ ਸ਼ੂਟ ਚੱਲ ਰਿਹਾ ਸੀ, ਸਾਰੇ ਜਾਣਦੇ ਹਾਂ ਉਹ ਫਿਲਮ ਚ ਬਿਜ਼ੀ ਨੇ, ਰਾਜ ਸਰ ਦਾ ਆਪਣਾ ਸਕੇਡਿਊਲ ਹੈ, ਡਾਇਰੈਕਟ ਮੁੰਬਈ ਹੁਣੇ ਆਏ ਨੇ, ਗੁਰਸ਼ਬ ਆਪਣੇ ਰੁਝਾਵਿਆਂ ਚ ਬਿਜ਼ੀ, ਆਪਣੇ ਪ੍ਰੋਜੈਕਟ ਦੇ ਵਿੱਚ ਬਿਜ਼ੀ ਹੈ। ਸੋ ਪਹਿਲੇ ਤਾਂ ਤੁਹਾਨੂੰ ਸਲਾਮ ਹੈ ਕਿ ਤੁਸੀਂ ਇਸ ਏਜ ਦੇ ਵਿੱਚ ਤੁਸੀਂ ਅੰਗੋ, ਤੁਸੀਂ ਹੁਣ ਵੀ ਯੂ ਨੋ ਇੰਨਾ ਕੰਟੀਨਿਊਟੀ ਦੇ ਵਿੱਚ ਕੰਮ ਕਰ ਰਹੇ ਹੋ ਔਰ ਪੰਜਾਬੀ ਸਿਨੇਮਾ ਨੂੰ ਅੱਛੀ ਕੰਟਰੀਬਿਊਸ਼ਨ ਦੇ ਰਹੇ ਹੋ। ਸੋ ਆਈ ਵਾਂਟ ਕਿ ਸਾਰੇ ਇੱਕ ਵਾਰ ਯੂ ਨੋ ਤਾੜੀ ਮਾਰ ਕੇ ਰਿਸਪੈਕਟ। ਥੈਂਕ ਯੂ ਸੋ ਮੱਚ, ਥੈਂਕ ਯੂ। ਇਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਜਨੂੰਨ, ਇਹ ਨਸ਼ਾ ਜਿਹੜਾ ਹੈਗਾ ਨਾ, ਇਹ ਤੁਸੀਂ ਲੋਕਾਂ ਨੇ ਦਿੱਤਾ ਹੋਇਆ, ਇਹ ਤੁਹਾਡਾ ਪਿਆਰ ਹੈ ਅਤੇ ਸਾਨੂੰ ਉਹ ਥੱਕਣ ਹੀ ਨਹੀਂ ਦਿੰਦਾ। ਇਹ ਜਿਹੜਾ ਪਿਆਰ ਹੈ ਇਹ ਥਕਾਵਟ ਨਹੀਂ, ਨਾ ਕੋਈ ਏਜ ਹੈ, ਸਾਨੂੰ ਤਾਂ ਤੁਸੀਂ ਕਹਿਤਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ, ਮੈਂ ਤਾਂ ਆਪਣੇ ਆਪ ਨੂੰ ਬਹੁਤ ਛੋਟੀ ਸਮਝ ਰਹੀ ਹਾਂ, ਕਿਉਂਕਿ ਜੇ ਆਪਣੇ ਮਨ ਦੇ ਵਿੱਚ ਅਸੀਂ ਇਹ ਰੱਖਾਂਗੇ ਨਾ, ਤਾਂ ਸਾਨੂੰ ਇਹ ਲੱਗਦਾ ਵੀ ਅਸੀਂ ਹਲੇ ਕੱਲ੍ਹ ਤਾਂ ਜੰਮੇ ਸੀ, ਥੋੜ੍ਹੀ ਦੇਰ ਹੋਈ ਵਿਆਹ ਹੋਈ, ਥੋੜ੍ਹੀ ਦੇਰ ਹੋਇਆ ਬੱਚੇ ਹੋਏ, ਅਤੇ ਹੁਣ ਅਸੀਂ ਇਸ ਮੁਕਾਮ 'ਤੇ ਪਹੁੰਚ ਗਏ ਕਿ ਬੱਚਿਆਂ ਦੇ ਬੱਚੇ ਹੋ ਗਏ। ਪਰ ਇਹ ਹੈ ਕਿ ਚਲੋ ਪਰਮਾਤਮਾ ਦਾ ਹਮੇਸ਼ਾ ਇੱਕ ਇੱਕ ਮਤਲਬ ਟਾਈਮ ਸ਼ੁਕਰ ਕਰਦੇ ਹਾਂ, ਹਰ ਸਾਹ ਦੇ ਨਾਲ ਸ਼ੁਕਰ ਕਰਦੇ ਹਾਂ ਕਿ ਉਹ ਸਾਡੇ ਤੋਂ ਵਧੀਆ ਵਧੀਆ ਪ੍ਰੋਜੈਕਟ ਕਰਵਾ ਰਹੇ ਹੈ ਅਤੇ ਤੁਹਾਡੇ ਸਾਹਮਣੇ ਆ ਰਹੇ ਹੈ, ਤੁਹਾਡਾ ਲੋਕਾਂ ਦਾ, ਤੁਹਾਡਾ ਮੀਡੀਏ ਦਾ ਇੰਨਾ ਸਾਨੂੰ ਪਿਆਰ ਮਿਲਦਾ। ਬਸ ਇਸ ਤੋਂ ਇਲਾਵਾ ਮੈਂ ਕੀ ਸ਼ੁਕਰਾਨਾ ਕਰੂੰਗਾ, ਮੇਰੇ ਅੰਦਰ ਬਹੁਤ ਕੁਛ ਚੱਲਦਾ, ਬਸ ਉਹ ਪਰਮਾਤਮਾ ਜਾਣਦਾ। ਮੈਮ ਜਦੋਂ ਮੈਂ ਇਸ ਪ੍ਰੈਸ ਕਾਨਫਰੰਸ 'ਤੇ ਆ ਗਈ ਸੀ, ਮੇਰੀ ਛੋਟੀ ਡੋਟਰ ਹੈ ਐਂਡ ਮੈਂ ਉਹਨੂੰ ਦੱਸਿਆ ਕਿ ਗੁਰੂ ਆ ਰਹੇ ਨੇ, ਹੈ ਨਾ ਰਾਜ ਸਰ, ਮੇਰੇ ਤਾਂ ਮੰਮਾ ਤੁਹਾਡੇ ਫੈਨ ਨੇ, ਸੋ ਉਹ ਤਾਂ ਤੁਹਾਡੇ ਲਈ ਯੂ ਨੋ, ਮੇਰੀ ਡੋਟਰ ਕਹਿੰਦੀ ਅੱਛਾ ਸੂਟ ਵਾਲੇ ਇਸ ਲਈ ਸੂਟ ਪਹਿਨ ਕੇ ਜਾ ਰਹੇ। ਬਟ ਸੇਮ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਤੁਹਾਡੇ ਘਰ ਦੇ ਵਿੱਚ ਵੀ ਛੋਟੇ ਕਿਊਟੀਜ਼ ਨੇ, ਸੋ ਜਦੋਂ ਗੁਰੂ ਨਾਲ ਫਿਲਮ ਕਰਨ ਦਾ ਜ਼ਿਕਰ ਹੋਇਆ ਜਾਂ ਟ੍ਰੇਲਰ ਆ ਗਿਆ, ਹੈ ਨਾ, ਅਤੇ ਘਰ ਦੇ ਵਿੱਚ ਉਹ ਵਾਈਬ ਕ੍ਰੀਏਟ ਹੋਈ ਕਿ ਅੱਛਾ ਗੁਰੂ ਦੀ ਫਿਲਮ ਦੇ ਵਿੱਚ ਗ੍ਰੈਂਡੀ ਕੰਮ ਕਰ ਰਹੇ ਨੇ? ਬਹੁਤ ਪਾਗਲ ਨਹੀਂ ਨਹੀਂ, ਮੈਂ ਮੈਡਮ ਦੀ ਫਿਲਮ 'ਚ ਮੈਂ ਕੰਮ ਕਰ ਰਿਹਾ, ਮੇਰੀ ਨਹੀਂ ਹੈਗੀ, ਸਾਰੇ ਸਾਡੀ ਫਿਲਮ ਹੈ, ਸਾਡੇ ਫਿਲਮ ਸਾਡੇ ਹੀਰੋ ਦੀ ਹੈ, ਸਾਡੇ ਪੁੱਤ ਦੀ, ਨਹੀਂ ਨਹੀਂ ਸਾਰੇ ਹੀਰੋ, ਅਸੀਂ ਤਾਂ ਆਲਾ ਦੁਆਲਾ ਜਿੱਦਾਂ ਇੱਕ ਪਰਿਵਾਰ ਹੁੰਦਾ ਨਾ, ਅਤੇ ਉਹ ਵਿਆਹ ਦੇ ਵਿੱਚ ਲਾੜਾ ਤਾਂ ਜਿਹੜਾ ਉਹ ਤੁਹਾਨੂੰ ਪਤਾ ਅਲੱਗ ਹੀ ਹੁੰਦਾ, ਅਤੇ ਅਸੀਂ ਮਾਂ ਬਾਪ, ਚਾਚੀਆਂ, ਤਾਈਆਂ, ਭਰਜਾਈਆਂ, ਵਿਆਹ ਉਹ ਵੀ ਰੌਣਕ ਹੁੰਦੀ ਹੈ, ਅਤੇ ਗੁਰਸ਼ਬਦ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਹੈ, ਅਸੀਂ ਚੱਲ ਮੇਰਾ ਪੁੱਤ ਦੇ ਵਿੱਚ ਮਿਲੇ ਹਾਂ, ਪਿਆਰਾ ਬੀਬਾ ਬੱਚਾ ਹੈ ਸਾਡਾ, ਬਹੁਤ ਹੀ ਸਵੀਟ ਜਿਹਾ, ਅਤੇ ਦੋਨੋਂ ਹੀ ਬਹੁਤ ਬੀਬੇ ਬੱਚੇ ਹੈ, ਅਤੇ ਜਿਹੜੀ ਘਰ ਦੀ ਗੱਲ ਕਰਾਂ, ਉਹ ਨਾਲ ਆਇਆ ਹੋਇਆ, ਉਹ ਬਹੁਤ ਫੈਨ ਹੈ ਤਗੜਾ, ਅਤੇ ਗੁਰੂ ਮਿਲ ਕੇ ਵੀ ਆਏ ਹੈ ਘਰ ਉਹਨਾਂ ਨੂੰ, ਅਤੇ ਉਹਦੀ ਇੱਛਾ ਬਹੁਤ ਪੂਰੀ ਹੋਈ ਹੈ, ਪਰਮਾਤਮਾ ਨੇ ਕੀਤੀ ਹੈ, ਬਾਕੀ ਗੁਰੂ ਨੇ ਇੱਕਦਮ ਸਰਪ੍ਰਾਈਜ਼ ਦਿੱਤਾ, ਅਸੀਂ ਅੱਜ ਤੱਕ ਨਹੀਂ ਭੁੱਲਦੇ, ਅਸੀਂ ਕਹਿੰਦੇ ਹਾਂ ਜਦੋਂ ਵੀ ਆਉਣ ਸਾਨੂੰ ਮਿਲ ਕੇ ਜਾਣ, ਇਹ ਪਰਿਵਾਰ ਹੈ ਸਾਡਾ। ਬਾਕੀ ਹਾਂ ਬੱਚੇ ਤਾਂ ਮੈਂ ਹੁਣ ਉਹੀ ਆਪਣੇ ਸ਼ਬਦਾਂ 'ਚ ਦੱਸੂਗਾ ਵੀ ਪਾਗਲ ਹੈ ਇਹਦੇ ਲਈ, ਸੋ ਥੈਂਕ ਯੂ ਸੋ ਮੱਚ, ਥੈਂਕ ਯੂ ਜੀ। ਨਹੀਂ, ਦਰਅਸਲ ਮੈਂ ਕਦੀ ਵੀ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ, ਮੈਂ ਹਾਂ
ਮੈਂ ਕਰਨ ਤੋਂ ਪਹਿਲਾਂ ਜ਼ਰੂਰ ਗੱਲਬਾਤ ਕਰਦਾ ਰਹਿੰਦਾ ਹਾਂ, ਮੈਂ ਬਹੁਤ ਡਿਸਕਸ ਵੀ ਕਰਨਾ, ਬਹਿਸ ਵੀ ਕਰਨਾ, ਸਮਝਣ ਦੀ ਕੋਸ਼ਿਸ਼ ਕਰਨਾ। ਕੋਈ ਵੀ ਐਕਟਰ ਆਪਣੇ ਆਪ ਨੂੰ ਕਿ ਮੈਂ ਬਹੁਤ ਵੱਡਾ, ਅਤੇ ਗਲਤ ਫਹਿਮੀ ਕੋਈ ਸਾਡੀ ਸ਼ਕਲ ਸੂਰਤ ਉਹ ਹੀ ਹੁੰਦੀ, ਉਹ ਹੀ ਸ਼ਕਲ ਸੂਰਤ ਨੂੰ ਲੈ ਕੇ ਜਾਣਾ, ਕੱਪੜੇ ਜ਼ਰੂਰ ਪਾ ਦਿੰਦੇ ਨੇ ਪੁਰਸ਼ੁਰ ਆਪਣੇ, ਥੋੜ੍ਹਾ ਬਹੁਤ ਬਦਲ ਜਾਂਦੇ ਹਾਂ, ਲੇਕਿਨ ਉਹ ਵੀ ਲੌਂਗ ਸ਼ੋਟ 'ਚ ਬੱਤੀ ਦੇ ਚਾਲ ਜਦੋਂ ਚੱਲਣਾ ਸ਼ੁਰੂ ਕਰਦੀ ਫਿਰ ਉਹ ਹੀ ਬੰਦਾ ਨਜ਼ਰ ਆਉਂਦਾ। ਤਾਂ ਉਹਨਾਂ ਦੇ ਬੇਸਿਕਲੀ ਜਿੰਨਾ ਡਾਇਰੈਕਟਰ ਜਾਂ ਰਾਈਟਰ ਜਾਂ ਜੋ ਵੀ ਸਾਡੀ ਟੀਮ ਹੁੰਦੀ ਹੈ ਉਹ ਸਾਡੇ ਨਾਲ ਇੰਟਰੈਕਟ ਕਰਦੀ ਹੈ ਤਾਂ ਸਾਨੂੰ ਕੁਛ ਇਨ ਬਿਟਵੀਨ ਕੁਛ ਮਿਲ ਜਾਂਦਾ। ਮੇਰੇ ਲਈ ਮੇਰਾ ਕਰੈਕਟਰ ਇਸ ਲਈ ਬਹੁਤ ਅੱਛਾ ਬੁਰਾ ਨਹੀਂ ਹੈਗਾ, ਇੰਪੋਰਟੈਂਟ ਨਹੀਂ ਹੈਗਾ ਕਿ ਮੇਰੇ ਬਾਰੇ 'ਚ ਫਿਲਮ ਦੇ ਵਿੱਚ, ਇਹ ਤਾਂ ਚਲੋ ਹੁਣ ਤਾਂ ਬਹੁਤ ਪਿਆਰ ਨਾਲ ਸਭ ਗੱਲਾਂ ਕਰ ਰਹੇ ਨੇ ਬੜੀ ਹੀ ਸਮਾਨ, ਲੇਕਿਨ ਮੇਰੇ ਬਾਰੇ ਇਹ ਕੀ ਸੋਚਦੇ ਨੇ ਫਿਲਮ ਦੇ ਵਿੱਚ, ਬੇਸ਼ੱਕ ਮੇਰੇ ਨਾਲ ਸੀਨ ਇਹਨਾਂ ਦਾ ਹੈ ਜਾਂ ਨਹੀਂ ਹੈ, ਇਹਨਾਂ ਦਾ ਹੈ ਜਾਂ ਨਹੀਂ, ਉਹਨਾਂ ਦਾ ਹੈ ਜਾਂ ਨਹੀਂ, ਤਾਂ ਉਹ ਲੋਕ ਕੀ ਕਹਿ ਰਹੇ ਨੇ ਮੇਰੇ ਬਾਰੇ 'ਚ ਫਿਲਮ 'ਚ, ਇਹਦਾ ਮਤਲਬ ਉਸ ਫਿਲਮ ਦੀ ਕਹਾਣੀ ਦੇ ਵਿੱਚ ਕਿਤੇ ਨਾ ਕਿਤੇ ਇਸ ਕਰੈਕਟਰ ਦਾ, ਇਸ ਕਿਰਦਾਰ ਦਾ ਇਹ ਜ਼ਿਕਰ ਹੈ, ਇਹ ਇਸ ਤਰ੍ਹਾਂ ਦਾ ਉਸਨੇ ਕਿਸੇ ਉੱਤੇ ਬਿਹੇਵ ਕੀਤਾ ਹੈ। ਤਾਂ ਆਈ ਹੈਵ ਟੂ ਸੀ ਦੈਟ ਲਾਈਨ, ਅਤੇ ਮੈਂ ਜਦ ਤੱਕ ਕਿਸੇ ਪੁੱਛਾਂਗਾ ਨਹੀਂ, ਵਾਰ ਵਾਰ ਕਹਾਣੀ ਨਹੀਂ ਸਮਝਾਂਗਾ, ਲੋਕਾਂ ਦੇ ਬਾਕੀ ਲੋਕਾਂ ਦਾ ਰਿਐਕਸ਼ਨ ਨਹੀਂ ਲਵਾਂਗਾ, ਅਤੇ ਇਸ ਕਰਕੇ ਕਦੀ ਕਦੀ ਡਾਇਰੈਕਟਰ ਸੋਚਦੇ ਨੇ ਯਾਰ ਬੜਾ ਟਾਈਮ ਬੜਾ ਖਾਂਦਾ ਹੈ, ਲੇਕਿਨ ਬਈ ਮੈਂ ਸਾਈਨ ਕਰਨ ਸੇ ਪਹਿਲੀ ਉਹਦਾ ਟਾਈਮ ਖਾ ਲਿਆ ਤਾਂ ਉਹਨੇ ਤਾਂ ਕਰਤਾ ਹੀ ਨਹੀਂ। ਗੁਰਸ਼ਬਦ ਵੀਰੇ, ਜਿਵੇਂ ਆਪਾਂ ਫਿਲਮਾਂ ਦੇ ਡਾਇਲੋਗ ਦੀ ਗੱਲ ਕਰਦੇ ਹਾਂ ਨਾ, ਸੋ ਇੰਪਰੋਵਾਈਜੇਸ਼ਨ ਚੱਲਦੀ ਰਹਿੰਦੀ ਹੈ, ਬਸ ਸੀਨ ਉਹੀ ਹੁੰਦਾ, ਆਪਾਂ ਡਾਇਲੋਗ ਚੇਂਜ ਕਰਦੇ ਰਹਿੰਦੇ, ਸੋ ਮਿਊਜ਼ੀਕਲ ਲਵ ਸਟੋਰੀ ਹੈ, ਸੋ ਫਿਲਮ ਦੇ ਦੌਰਾਨ ਜਦੋਂ ਸੀਨ ਦੇ ਮੁਤਾਬਕ ਮਿਊਜ਼ਿਕ 'ਚ ਵੀ ਲੱਗਿਆ ਸੀਗਾ ਕਿ ਯਾਰ ਇਸ ਮੁਤਾਬਕ ਆਪਾਂ ਗਾਣੇ ਕਰਦੇ ਹਾਂ ਜਾਂ ਆਹ ਲਿਰਿਕਸ ਹੋਣੇ ਚਾਹੀਦੇ? ਬਿਲਕੁਲ, ਜਦੋਂ ਫਿਲਮ ਦੀ ਸਿਚੁਏਸ਼ਨਸ ਜਿਹੜੀਆਂ ਬਣੀਆਂ ਕਿ ਇੱਥੇ ਰੋਮੈਂਟਿਕ ਸੀਨ ਬਣਦੀ ਆ ਜਾਂ ਜਦੋਂ ਮਤਲਬ ਫੈਮਿਲੀ ਦਾ ਕੋਈ ਗੀਤ ਆ, ਫੈਮਿਲੀ ਦਾ ਗੀਤ ਬਣਦਾ, ਸੋ ਸਾਰੀਆਂ ਸਿਚੁਏਸ਼ਨ ਡਿਸਕਸ ਹੁੰਦੀਆਂ ਵਾ, ਔਰ ਉਸਦੇ ਦੌਰਾਨ ਹੀ ਉਹਨੂੰ ਮਿਊਜ਼ਿਕ ਨੂੰ ਰੈਡੀ ਕੀਤਾ ਜਾਂਦਾ, ਜਿਵੇਂ ਜਤਿੰਦਰ ਸ਼ਾਹ ਜੀ ਨੇ ਮਿਊਜ਼ਿਕ ਕੀਤਾ ਵਾ, ਉਹਨਾਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਦਾ ਮਿਊਜ਼ਿਕ ਕੀਤਾ ਹੈ, ਸੋ ਉਹਨਾਂ ਨੇ ਵੀ ਆਪਣੇ ਕਾਫੀ ਸੁਜੈਸ਼ਨ ਦਿੱਤੇ, ਗਰੁੱਪ ਰਾਜ ਸਰ ਸਾਰੇ ਮਤਲਬ ਜਦੋਂ ਇਹ ਗੀਤ ਬਣਾਇਆ ਸਭ ਨੂੰ ਸੁਣਾਇਆ ਵੀ ਸੀ ਉੱਥੇ ਜੰਮੂ, ਸੋ ਜਿਵੇਂ ਉਹਦੇ ਵਿੱਚ ਇੱਕ ਸਰਾਇਕੀ ਭਾਸ਼ਾ ਦਾ ਗੀਤ ਆ, ਹੱਥ ਜਦੋਂ ਜੋੜਦਾ ਸਰ ਦਿਲ ਗੋਲੀ ਜੋੜੇ ਵਿੱਚ ਸਰਾਇਕੀ ਯੂਜ਼ ਕੀਤੀ ਤਾਂ ਕਿ ਥੋੜ੍ਹਾ ਪਤਾ ਲੈਂਦੇ ਪੰਜਾਬ ਨੂੰ ਲਾਈਕ ਉਹਦਾ ਸ਼ਮੂਲੀਅਤ ਜੀ ਦੇਖੇ, ਸੋ ਕਾਫੀ ਮਿਹਨਤ ਕੀਤੀ ਆ, ਧੰਨਵਾਦ ਤੁਹਾਡਾ ਸੁਣਨ ਲਈ। ਉਹ ਆਪਣੀ ਫਿਲਮ ਚ ਬਿਜ਼ੀ ਨੇ, ਜੇ ਭਾਈ ਦਮਨ ਕਾਲ ਆਇਆ ਨੀ, ਵੈਸੇ ਕਈ ਵਾਰ ਬੰਦਾ ਮੈਂ ਕਹਿਣ ਨੂੰ ਕਹਿ ਦਿੰਦਾ ਵੀ ਭਾਈ ਨੂੰ ਬਹੁਤ ਵਧੀਆ ਲੱਗਾ, ਪਰ ਮੈਨੂੰ ਲੱਗਦਾ ਰਜੀਵ ਭਾਈ ਨੂੰ ਭਾਈ ਨੇ ਕਿਹਾ ਸੀ ਕਾਫੀ ਵਧੀਆ ਟ੍ਰੇਲਰ, ਕਿਉਂਕਿ ਭਾਈ ਜੀ ਭਾਈ ਨੂੰ ਮਿਲੇ ਸੀ। ਅਤੇ ਯਾਰ ਮੈਂ ਨਾ ਕਈ ਹੁਣ ਮੈਂ ਉਦਣ ਦੀ ਇੰਟਰਵਿਊ ਤੋਂ ਬਾਅਦ ਨਾ, ਜਿੱਦਾਂ ਮੈਂ ਬਹੁਤ ਸਾਰੀਆਂ ਚੀਜ਼ਾਂ ਵੈਸੇ ਦੱਸਦਾ, ਮੈਂ ਫਲੋ ਫਲੋ 'ਚ ਬੋਲ ਦਿੰਦਾ ਵਾਂ, ਪਰ ਮੈਂ ਉਦੋਂ ਤੋਂ ਬਾਅਦ ਇਹ ਸੋਚਿਆ ਯਾਰ ਬੀਂਗ ਐਨ ਆਰਟਿਸਟ ਤੁਸੀਂ ਕੁਛ ਵੀ ਕਹਿੰਦੇ ਹੋ ਉਹਦੇ ਹਜ਼ਾਰ ਮਤਲਬ ਨੇ, ਅਤੇ ਮੈਂ ਉੱਧਰ ਮਤਲਬ ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ ਯਾਰ ਕਿ ਬੰਦਾ ਵੈਸੇ ਨਹੀਂ ਸਿਹਤ ਸੁਭਾਅ ਗੱਲ ਕਰ ਦਿੰਦਾ ਵੀ ਯਾਰ ਭਾਈ ਨੇ ਕਿਹਾ ਪਹਿਲਾਂ ਜੋ ਪ੍ਰੂਫ ਕਰਕੇ ਉਹ ਫਿਰ ਕਰਾਂਗੇ, ਮਤਲਬ ਇੱਦਾਂ ਥੋੜ੍ਹਾ ਕਿਹਾ ਹੋਏਗਾ ਵੈਸੇ ਵੀ ਮੈਂ ਭਾਈ ਨੂੰ ਕਿਹਾ ਭਾਈ ਮੇਰੀ ਫਿਲਮ ਕਰੋ, ਭਾਈ ਨੇ ਕਿਹਾ ਜਾ ਪਹਿਲਾਂ ਪ੍ਰੂਫ ਕਰਕੇ, ਪ੍ਰੂਫ ਵੀ ਤਾਂ ਉਹਨਾਂ ਨੇ ਕਰਾਉਣਾ ਵਾ ਫਿਲਮ 'ਚ ਲੈ ਕੇ, ਉਹ ਮੈਂ ਉੱਧਰ ਨਾ ਬਹੁਤ ਸੋਚਿਆ, ਮੈਂ ਕਿਹਾ ਯਾਰ ਮੈਂ ਮਤਲਬ ਕਿਉਂਕਿ ਮੇਰਾ ਨੇਚਰ ਇੱਦਾਂ ਦਾ ਵਾ, ਮੇਰੇ ਕੋਲ ਇੱਕ ਤਾਂ ਬਣਾ ਕੇ ਕੋਈ ਚੀਜ਼ ਨਹੀਂ ਕਹੀ ਜਾਂਦੀ, ਦੂਜਾ ਮੈਨੂੰ ਜਿੱਦਾਂ ਮੈਂ ਜੋ ਇੱਦਾਂ ਵਾਂ ਮੈਨੂੰ ਤੁਸੀਂ ਉੱਥੇ ਮਿਲੋਗੇ ਮੈਂ ਉੱਥੇ ਵੀ ਇੱਦਾਂ ਵਾਂ, ਮੇਰਾ ਕੋਈ ਇਹ ਨਹੀਂ ਕਿ ਹੁਣੇ ਐਂਟਰ ਕੀਤਾ ਅਤੇ ਇੱਕਦਮ ਕਰੈਕਟਰ ਚੇਂਜ ਹੋ ਕੇ ਆ ਗਿਆ ਅਤੇ ਹੁਣ ਮੈਂ ਬਿਲਕੁਲ ਡਿਫਰੈਂਟ ਫੀਲ ਦਾ ਬੰਦਾ ਬਣ ਗਿਆ, ਵੈਨਿਟੀ ਜਾ ਕੇ ਮੈਂ ਵੱਖਰਾ ਬਣ ਗਿਆ, ਜਾਂ ਜਦੋਂ ਕੋਈ ਗੱਲ ਕਰਨੀ ਆ ਮੈਂ ਇੱਦਾਂ ਹੀ ਵੈਸੇ ਵੀ ਗੱਲ ਕਰਦਾ ਹਾਂ, ਮਤਲਬ
ਉਹ ਨਹੀਂ ਹੈਗਾ ਹੁਣ, ਪਰ ਹੁਣ ਮੈਂ ਸੋਚ ਸੋਚ ਕੇ ਗੱਲ ਕਰ ਰਿਹਾ, ਮੈਨੂੰ ਵੀ ਮੈਂ ਇੱਦਾਂ ਦੀ ਕੋਈ ਚੀਜ਼ ਨਾ ਕਹਿ ਦਾ ਵੀ ਯਾਰ ਉਹ ਹੋਰ ਹੀ ਕੋਈ ਮਤਲਬ ਨਿਕਲਦੇ, ਪਰ ਫਿਰ ਹਾਸੇ ਦੇ ਬਣਾਉਣੇ ਜ਼ਰੂਰੀ ਨੇ, ਉਹਨਾਂ ਤੋਂ ਬਿਨਾਂ ਆਪਣੀ ਲਾਈਫ ਹੈਗੀ ਨਾ। ਬਿਲਕੁਲ ਦੇਖੋ, ਜਿੱਥੋਂ ਤੱਕ ਕਰੈਕਟਰ ਦੀ ਗੱਲ ਆ, ਉਹ ਮੈਂ ਬਹੁਤ ਜ਼ਿਆਦਾ ਰਿਲੇਟ ਕਰਦਾ ਕਿਉਂਕਿ ਆਪਣਾ ਸਾਰੇ ਜਣੇ ਪਲੱਸ ਟੂ ਤੋਂ ਬਾਅਦ ਜਾਂ ਦਸਵੀਂ ਤੋਂ ਬਾਅਦ ਆਹੀ ਸੋਚਦੇ ਨੇ ਵੀ ਉਹਨਾਂ ਨੇ ਬਾਹਰ ਜਾਣਾ ਵਾ, ਪਰ ਇਹ 2001-2 ਦੀ ਸਟੋਰੀ ਆ ਅਤੇ ਉਦੋਂ ਰਸਤੇ ਇੰਨੇ ਆਸਾਨ ਨਹੀਂ ਸੀ ਹੁੰਦੇ ਬਾਹਰ ਜਾਣ ਦੇ, ਅਤੇ ਉਦੋਂ ਜੋ ਇੱਕ ਯੰਗ ਮੁੰਡਾ ਸੋਚਦਾ ਸੀ ਬਾਹਰ ਜਾਣ ਦਾ, ਇਹ ਉਹਦਾ ਕਰੈਕਟਰ ਆ ਅਤੇ ਉਹ ਆਪਾਂ ਸਾਰਿਆਂ ਨੂੰ ਸੋਚਿਆ ਹੋਇਆ ਜੀ ਕਿਸੇ ਨਾ ਕਿਸੇ ਹੱਦ 'ਚ। ਮੈਂ ਕਦੇ ਚਲੋ ਨਹੀਂ ਸੀ ਵੈਸੇ ਪਰਸਨਲ ਲੈਵਲ 'ਤੇ ਕਦੇ ਨਹੀਂ ਸੋਚਿਆ ਕਿ ਮੈਂ ਬਾਹਰ ਜਾਵਾਂਗਾ, ਚਾਹੇ ਮੈਂ ਤੋਂ ਜੋ ਪੜ੍ਹਦਾ ਵੀ ਸੀ ਜਾਂ ਜਦੋਂ ਮੈਨੂੰ ਮੌਕਾ ਵੀ ਮਿਲਿਆ ਬਾਹਰ ਜਾ ਕੇ ਰਹਿਣ ਦਾ ਵੀ, ਮੈਨੂੰ ਲੱਗਦਾ ਮੈਨੂੰ ਵਾਪਸ ਆਪਣੇ ਘਰ ਆ ਕੇ ਖੁਸ਼ੀ ਮਿਲਦੀ ਹੈ ਵੀ ਮੈਂ ਇੱਥੇ ਰਹਾਂ ਪਰਮਾਨੈਂਟ। ਅਤੇ ਪਰ ਜਿਹੜਾ ਕਰੈਕਟਰ ਆ, ਕਿਉਂਕਿ ਆਪਾਂ ਸਾਡਾ ਵੈਸੇ ਬਾਰਡਰ ਏਰੀਆ, ਅਤੇ ਜਦੋਂ ਇਹ ਸਟੋਰੀ ਸੀ ਲੈਂਦੇ ਚੜ੍ਹਦੇ ਪੰਜਾਬ ਦੀ, ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਸਿਮਿਲਰ ਨੇ, ਬਹੁਤ ਸਾਰਾ ਗੱਲ ਕਰਨ ਦਾ ਤਰੀਕਾ ਸਿਮਿਲਰ ਆ, ਅਤੇ ਵੈਸੇ ਵੀ ਜਿਹੜਾ ਕਰੈਕਟਰ ਆ ਬਹੁਤ ਡਰਿਆ ਹੋਇਆ ਵਾ, ਜਿੱਦਾਂ ਕਿ ਆਰਟਿਸਟ ਹੁੰਦੇ ਨੇ ਮੀਡੀਆ ਦੇ ਅੱਗੇ, ਅਤੇ ਮੈਂ ਵੀ ਇਹ 'ਚ ਬਹੁਤ ਡਰਿਆ ਹੋਇਆ ਜੀ। ਸਹਿਮਿਆ ਹੋਇਆ ਕਰੈਕਟਰ ਆ ਜਿਹੜਾ ਬਹੁਤ ਸਾਰੇ ਲੋਕਾਂ ਤੋਂ ਬਹੁਤ ਸਾਰੀਆਂ ਉਮੀਦਾਂ ਰੱਖ ਰਿਹਾ ਵਾ, ਅਤੇ ਨਾਲ ਦੀ ਨਾਲ ਉਹ ਸਿਰਫ ਉਹਦਾ ਇੱਕੋ ਹੀ ਮੇਨ ਮਕਸਦ ਆ ਕਿ ਇੱਕ ਤਾਂ ਪਿਆਰ ਵੀ ਨਾ ਉਹਦਾ ਛੁੱਟੇ ਅਤੇ ਦੂਸਰਾ ਆਪਣੇ ਘਰ ਵੀ ਬਰਤ ਜਾਵੇ, ਅਤੇ ਆਈ ਥਿੰਕ ਉਹ ਦੇਖਣ ਵਾਸਤੇ ਤੁਹਾਨੂੰ ਫਿਲਮ ਦੇਖਣੀ ਪਏਗੀ। ਗੁਰੂ ਬੱਬੂ ਮਾਨ ਸਾਹਿਬ ਨਾਲ ਵੀ ਤੁਸੀਂ ਹੈ ਨਾ ਫਿਲਮ ਕਰ ਰਹੇ, ਉਹ ਐਕਸਪੀਰੀਅੰਸ ਕਿਵੇਂ? ਉਹਨਾਂ ਤੋਂ ਵੈਸੇ ਤਾਂ ਸਾਰੇ ਡਰਦੇ ਨੇ, ਤੁਹਾਡਾ ਐਕਸਪੀਰੀਅੰਸ ਕਿਵੇਂ ਰਹਿ ਰਿਹਾ ਉੱਥੇ? ਭਾਈ ਕੋਈ ਡਰਦੇ ਸਾਰੇ? ਅੱਛਾ ਯਾਰ, ਬੱਬੂ ਭਾਜੀ ਪਹਿਲਾਂ ਤਾਂ ਮੈਂ ਉਹਦਾ ਬਚਪਨ ਤੋਂ ਹੀ ਫੈਨ ਹਾਂ, ਮੈਂ ਉਹਨਾਂ ਦੇ ਗਾਣੇ ਸੁਣੇ ਆਲਵੇਜ਼, ਉਸ ਸਮੇਂ ਮੈਨੂੰ ਲੱਗਦਾ ਤੁਸੀਂ ਵੀ ਸਾਰਿਆਂ ਨੇ ਸੁਣੇ ਨੇ, ਹੈ ਨਾ, ਆਪਾਂ ਸਾਰੇ ਉਹਨਾਂ ਦੇ ਫੈਨ ਹਾਂ, ਅਤੇ ਮੇਰੀ ਮੈਨੀਫੈਸਟੇਸ਼ਨ ਸੀ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਜਾਣਨ ਦੀ, ਦੂਸਰਾ ਇਹ ਮੈਨੀਫੈਸਟੇਸ਼ਨ ਸੀ ਕਿ ਉਹ ਮੈਨੂੰ ਜਾਣਨ, ਉਹਨਾਂ ਨੂੰ ਮੇਰਾ ਪਤਾ ਹੋਏ ਪਰਸਨਲੀ, ਉਹ ਮੈਂ ਤੁਸੀਂ ਕਹਿੰਦੇ ਜਿਹੜੀ ਚੀਜ਼ ਵੀ ਸੋਚ ਲੈਂਦੇ ਹੋ ਜ਼ਰੂਰ ਹੁੰਦੀ ਹੈ, ਬਸ ਉਹਦੀ ਦਿਲੋਂ ਕੰਮ ਕਰਨਾ ਪੈਂਦਾ। ਫਿਰ ਤੀਸਰਾ ਮੈਨੂੰ ਸੀ ਕਿ ਯਾਰ ਮੈਂ ਉਹਨਾਂ ਨਾਲ ਗਾਣਾ ਕਰਨਾ ਇੱਕ ਲਾਈਫ ਦੇ ਵਿੱਚ, ਫਿਰ ਆਪਾਂ ਪਾਗਲ ਗਾਣਾ ਕੀਤਾ, ਉਹ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਸ ਗਾਣੇ ਨੂੰ। ਫਿਰ ਫਿਲਮ ਜਦੋਂ ਗੱਲ ਚੱਲ ਰਹੀ ਸੀ, ਧੀਰਜ ਭਾਅ ਜੀ ਕੋਲ ਸਟੋਰੀ ਸੀ ਬਹੁਤ ਵਧੀਆ, ਅਤੇ ਜਿੱਦਾਂ ਮੈਂ ਅੱਗੇ ਕਿਹਾ ਵੀ ਸਾਡੇ ਕੋਲ ਇੱਕ ਹੋਰ ਪ੍ਰੋਡਿਊਸਰ ਹੈਗਾ ਸਾਡਾ ਦੋਸਤ ਹੀ ਆ, ਉਹ ਫਿਰ ਆਇਆ ਔਨ ਬੋਰਡ, ਉਹਨੇ ਆ ਕੇ ਫਿਲਮ ਪ੍ਰੋਡਿਊਸ ਕੀਤੀ ਸ਼ੌਂਕੀ ਸਰਦਾਰ, ਉਹ ਆਪਾਂ ਸ਼ੂਟ ਅੱਧਾ ਕਰ ਲਿਆ, ਅੱਧਾ ਰਹਿ ਗਿਆ ਵਾ ਬਾਹਰ ਦਾ ਸ਼ਡਿਊਲ ਰਹਿ ਗਿਆ ਉਹਦਾ। ਅਤੇ ਭਾਅ ਜੀ ਯਾਰ ਬਹੁਤ ਜ਼ਿਆਦਾ ਪਿਆਰੇ ਨੇ ਵੈਸੇ, ਉਹ ਜਿਹੜਾ ਉਹਨਾਂ ਦਾ ਭਾਅ ਜੀ ਆਪ ਕਹਿੰਦੇ, ਮੈਨੂੰ ਇਹ ਨਹੀਂ ਪਤਾ ਵੀ ਮੈਂ ਕਿਹਦੇ ਨਾਲ ਗੁੱਸਾ ਕਰ ਲਿਆ ਇੰਨਾ, ਵੀ ਜਿਹੜਾ ਲੋਕਾਂ ਨਾਲ ਤੁਹਾਡੇ ਨਾਲ ਕੀਤਾ ਨਾ ਕਦੀ ਗੁੱਸਾ, ਅਤੇ ਫਿਰ ਤੁਸੀਂ ਕਿਉਂ ਕਿਹਾ ਗੁੱਸੇ? ਔਰਾ ਦੇਖੋ, ਔਰਾ ਤਾਂ ਫਿਰ ਇੱਦਾਂ ਆਲੂ ਅਰਜਨ ਨੂੰ ਇੱਦਾਂ ਥੋੜ੍ਹਾ ਕਰਦਾ ਰਹੇਗਾ ਸਾਰਾ ਦਿਨ। ਦੇਖੋ ਇਹ ਭਾਜੀ ਦੀ ਵਡਿਆਈ ਆ, ਇੰਨੇ ਵੱਡੇ ਲੈਵਲ 'ਤੇ ਹੋ ਕੇ, ਮੈਨੂੰ ਯਾਦ ਆ ਆਸਟ੍ਰੇਲੀਆ ਸ਼ੋਅ ਦੇ ਵਿੱਚ
ਇਹ ਇੱਕ ਵੱਡਾ ਬੰਦਾ ਹੀ ਕਰ ਸਕਦਾ ਵਾ। ਇਹ ਜਦੋਂ ਆਪਾਂ ਇਨਸਿਕਿਉਰਿਟੀ ਤੋਂ ਉੱਪਰ ਉੱਠ ਜਾਂਦੇ ਹਾਂ, ਭਾਜੀ ਨੇ ਆਸਟ੍ਰੇਲੀਆ ਸ਼ੋਅ 'ਚ ਵੀ ਆਈ ਥਿੰਕ ਗਿੱਪੀ ਭਾਈ ਦੀ ਫਿਲਮ ਦਾ ਵੀ ਨਾਂ ਲਿਆ ਸੀ, ਅਰਦਾਸ ਦਾ ਵੀ ਲਿਆ ਸੀ, ਸਾਡੀ ਸ਼ਾਹਕੋਟ ਦਾ ਵੀ ਨਾਂ ਲਿਆ ਸੀ, ਆਪਣੀ ਫਿਲਮ ਦਾ ਵੀ ਨਾਂ ਲਿਆ ਸੀ। ਇਹਦੇ ਨਾਲ ਸਾਡਾ ਸਿਨੇਮਾ ਹੀ ਵੱਡਾ ਹੋਏਗਾ ਜੇ ਇੰਨੇ ਵੱਡੇ ਲੈਵਲ ਦੇ ਬੰਦੇ ਭਾਜੀ ਜੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੋਚ ਰਹੇ ਨੇ, ਤਾਂ ਮਤਲਬ ਸਾਡੇ ਲਈ ਬਹੁਤ ਵੱਡੀ ਗੱਲ ਆ ਇਹ। ਅਤੇ ਮੈਂ ਤਾਂ ਆਈ ਲਵ ਬੱਬੂ ਭਾਜੀ, ਮੈਨੂੰ ਤਾਂ ਭਾਈ ਨਾਲ ਬਹੁਤ ਜ਼ਿਆਦਾ ਪਿਆਰ ਆ, ਅਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਮੈਂ ਉਹਨਾਂ ਨੂੰ ਕਦੇ ਵੀ ਕਾਲ ਕਰ ਸਕਦਾ ਵਾਂ, ਅਤੇ ਮੇਰੇ ਨਾਲ ਉਹ ਜਿੱਦਾਂ ਮੈਨੂੰ ਬਹੁਤ ਪਿਆਰ ਕਰਦੇ, ਮੈਨੂੰ ਉਹਨਾਂ ਨੇ ਆਪਣਾ ਭਤੀਜੇ ਬਣਾਇਆ ਵਾ। ਹਾਂ, ਫਿਲਮ 'ਚ ਹੁਣ ਆਪਾਂ 4-5 ਗਾਣੇ ਇਕੱਠੇ ਕਰ ਰਹੇ ਹਾਂ ਜੀ, ਅੱਗੇ ਜੀ ਆ ਰਹੀ ਆ ਫਿਲਮ, ਅਤੇ ਉਹਦਾ ਟ੍ਰੇਲਰ ਵੀ ਬਹੁਤ ਵਧੀਆ ਤਰੀਕੇ ਨਾਲ ਕੱਟਿਆ ਜਾ ਰਿਹਾ ਵਾ। ਸੋ ਉਹ ਜਦੋਂ ਆਏਗੀ, ਉਹ ਆਏਗੀ ਪਹਿਲਾਂ ਆਹ ਵੇਖੋ ਯਾਰ, ਪਤਾ ਕਿਉਂ ਇਹਦੇ ਸਾਡੇ ਤਰਲੇ ਵੱਜੇ ਹੋਏ ਨੇ, ਇਹਦੀ ਹੈਗੀ 4 ਤਰੀਕ ਨੂੰ, ਇਹਨੂੰ ਦੇਖ ਲਿਓ, 4 ਨੂੰ ਕਿ 2 ਨੂੰ ਆ ਰਹੀ, ਹੁਣ ਕਦੇ ਕਹਿੰਦੇ 2 ਨੂੰ ਆ ਰਹੀ ਆ, ਆਹ ਦੇਖੋ ਸਾਨੂੰ ਆ ਵੀ ਨਹੀਂ ਪਤਾ, ਮੈਨੂੰ ਤਾਂ ਹੁਣੇ ਕਹਿੰਦੇ 10 ਰਹੇ ਤੇ ਕਹਿੰਦੇ 2 ਨੂੰ ਕਰਦੀ ਆ ਫਿਲਮ, ਵੀ 2 ਨੂੰ ਲੌਂਗ ਵੀਕਐਂਡ ਆ, ਉਹਦਿਨ ਛੁੱਟੀ ਵਾਲਾ ਦੇਣਾ 2 ਨੂੰ। ਚਲੋ ਮੈਂ ਫਿਰ ਅੱਜ ਤੋਂ ਪੋਸਟਾਂ ਪਾਉਣੀਆਂ ਭਰਾਵਾ, ਵੀ ਨਹੀਂ 4 ਨੂੰ ਵੀ 2 ਨੂੰ ਮੈਨੂੰ ਦੱਸਣਾ ਪੈਣਾ। ਅੱਛਾ ਜੀ, ਤੁਸੀਂ ਬਹੁਤ ਸਾਰੇ ਗੀਤ ਕੀਤੇ ਹਨ, ਰੋਮੈਂਟਿਕ ਗੀਤ ਬਹੁਤ ਕੀਤੇ ਹਨ, ਉਹ 2-2.5 ਮਿੰਟ ਦੀ ਹੁੰਦੀ ਹੈ ਜਿਹੜੀ ਡਿਊਰੇਸ਼ਨ ਗਾਣੇ, ਫਿਲਮ 2-2.5 ਘੰਟੇ ਦੀ ਹੁੰਦੀ ਹੈ, ਜ਼ਿਆਦਾ ਨਜ਼ਾਰਾ ਰੋਮੈਂਟਿਕ ਸੀਨ ਕਰਕੇ ਆ, ਗਾਣੇ 'ਚ ਆਉਂਦਾ ਹੈ ਜਾਂ ਫਿਲਮ 'ਚ ਮਤਲਬ। ਮੈਂ ਬਿਲਕੁਲ ਦੱਸਾਂਗਾ ਜੀ, ਦੇਖੋ ਜਿਹੜਾ ਗਾਣੇ 'ਚ ਰੋਮੈਂਟਿਕ ਸੀਨ ਆ ਉਹ ਬੜੀ ਕਾਹਲੀ ਕਾਹਲੀ ਹੁੰਦਾ ਜੀ, ਕਿਉਂਕਿ ਉਹ 2 ਦਿਨ ਦਾ ਸ਼ੂਟ ਹੁੰਦਾ ਵਾ। ਦੇਖੋ ਫਿਲਮ ਵਾਲਾ ਜਿਹੜਾ 30 ਦਿਨ ਤੁਸੀਂ ਇਕੱਠੇ ਰਹਿਣਾ, ਉੱਥੇ ਖਾਣਾ ਪਾਣੀ ਆ, ਟੂ ਗੈਟ ਟੂ ਨੋ ਈਚ ਅਦਰ, ਆਈ ਥਿੰਕ ਜਿਹੜਾ ਫਿਲਮ ਵਾਲਾ ਰੋਮੈਂਟਿਕ ਸੀਨ ਆ ਨਾ ਉਹ ਸੱਚੀ 'ਚ ਰੋਮੈਂਟਿਕ ਸੀਨ ਨਹੀਂ ਹੁੰਦਾ। ਰੀਟੇਕ ਜੇ ਮਨ ਕਰੇ ਤਾਂ ਕਰ ਲਓ, ਜੇ ਤੁਹਾਨੂੰ ਵਧੀਆ ਲੱਗਦਾ, ਡਾਇਰੈਕਟਰ ਕਿਹੜਾ ਮਨਾ ਕਰਨਾ, ਕਿਉਂਕਿ ਤੁਸੀਂ ਜੇ ਰੁੱਸ ਗਏ ਤਾਂ ਸਾਰਾ ਟੱਬਰ ਹੀ ਰੁੱਸ ਗਿਆ, ਫਿਰ ਤੇ ਲੱਗੇ ਰਹੋ ਜਿੰਨਾ ਚਿਰ ਤੁਹਾਨੂੰ ਵਧੀਆ ਆਨੰਦ ਆ ਰਿਹਾ, ਕਾਹਦੀ ਗੱਲ। ਬਿਲਕੁਲ, ਮੇਰਾ ਜਿਹੜਾ ਪਹਿਲਾ ਹੀ ਸ਼ਾਰਟ ਸੀ ਫਿਲਮ ਦਾ ਉਹ ਈਸ਼ਰ ਤਲਵਾਰ ਉਹਨਾਂ ਦੇ ਨਾਲ ਸੀ, ਜਿਹੜੇ ਸੱਚੀ ਜਿਹੀ ਤਲਵਾਰ ਵਰਗੇ ਨੇ, ਉਹ ਅੱਜ ਤਾਂ ਹੀ ਨਹੀਂ ਆਏ ਕਿਉਂਕਿ ਉਹ ਤਲਵਾਰ ਹੀ ਨੇ ਸਾਡੀ ਫਿਲਮ ਦੇ। ਉਹ ਬਹੁਤ ਜ਼ਿਆਦਾ ਸੁਲਝੇ ਹੋਏ ਐਕਟਰ ਨੇ, ਉਹ ਉਹਨਾਂ ਨੇ ਬਹੁਤ ਥੀਏਟਰ ਕੀਤਾ, ਉਹਨਾਂ ਨੂੰ ਉਹਨਾਂ ਨੇ ਬਹੁਤ ਸਾਰਾ ਐਕਸਪੀਰੀਅੰਸ ਆ। ਅਤੇ ਜਦੋਂ ਪਹਿਲੀ ਵਾਰ ਸ਼ਾਰਟ ਸੀ ਨਾ ਮੇਰਾ, ਜਿਹੜਾ ਮੈਂ ਟ੍ਰੇਲਰ 'ਚ ਵੀ ਅਸੀਂ ਦਿਖਾਇਆ, ਜਿਹੜੀ ਓੜੇ ਆੜੇ ਵਾਲੀ ਗੱਲ ਆ, ਉਹ ਪਹਿਲਾਂ ਮੇਰਾ ਡਾਇਲੋਗ ਹੀ ਓੜੇ ਆੜੇ ਵਾਲਾ ਸੀ, ਅਤੇ ਕਿਉਂਕਿ ਮੈਂ ਫਲੂਐਂਟ ਆ ਉਹਦੇ ਵਿੱਚ, ਅਤੇ ਜਿਹੜਾ ਕਰੈਕਟਰ ਸੀ ਉਹ ਬਹੁਤ ਜ਼ਿਆਦਾ ਜਿੱਦਾਂ ਦਾ ਮੈਂ ਹੈਗਾ ਇੱਦਾਂ ਦਾ ਹੀ ਪਹਿਲਾਂ ਜਿਹੜਾ ਮੈਨੂੰ ਡਾਇਲੋਗ ਦਿੱਤਾ ਗਿਆ ਸੀ, ਕਿਉਂਕਿ ਰਜੀਵ ਭਾਈ ਨੇ ਉੱਦਾਂ ਹੀ ਮੇਰੀ ਥੋੜ੍ਹੀ ਪਲੈਨਿੰਗ ਕੀਤੀ ਸੀ, ਤਾਂ ਕਿ ਮੈਂ ਕੰਫਰਟੇਬਲੀ ਜਦੋਂ ਔਖੀ ਚੀਜ਼ ਆਉਣੀ ਉਹਨੂੰ ਕੰਫਰਟੇਬਲੀ ਹੈਂਡਲ ਕਰ ਸਕਾਂ। ਪਰ ਈਸ਼ਾ ਤਲਵਾਰ ਹੁਣੀ ਇੱਕਦਮ ਚੜ ਕੇ ਆ ਗਏ ਮੇਰੇ 'ਤੇ ਜਦੋਂ ਸ਼ਾਰਟ ਹੋਇਆ ਨਾ ਪਹਿਲਾਂ, ਕਿਉਂਕਿ ਉਹ ਥੋੜ੍ਹਾ ਉਹ ਡਿਫਰੈਂਟ ਤਰੀਕੇ ਦਾ ਕਰੈਕਟਰ ਉਹਨਾਂ ਦਾ, ਥੋੜ੍ਹਾ ਜਿਹਾ ਆਰਟਿਸਟਿਕ ਉੱਥੇ ਥੋੜ੍ਹਾ ਜਿਹਾ ਟੱਚ ਕਰਦਾ ਹੋਇਆ ਕਰੈਕਟਰ ਉਹਨਾਂ ਦਾ,
ਅਤੇ ਉਹ ਇੱਕਦਮ ਚੜ ਕੇ ਆ ਗਏ ਅਤੇ ਜਦੋਂ ਉਹ ਆਏ ਮੈਨੂੰ ਪਤਾ ਨਹੀਂ ਸੀ ਕਿ ਇੱਦਾਂ ਵੀ ਹੁੰਦਾ ਵਾ ਕਿਉਂਕਿ ਮੈਨੂੰ ਸੀ ਕਿ ਘਰ ਜਿੱਦਾਂ ਆਪਾਂ ਪ੍ਰੈਕਟਿਸ ਕਰ ਰਹੇ ਇੱਦਾਂ ਹੀ ਹੋਣਾ ਵਾ ਹੈ ਨਾ ਤਾਂ ਮੈਡਮ ਚੜ ਕੇ ਆ ਗਏ ਅਤੇ ਮੈਂ ਕਿਹਾ ਫਿਰ ਟੇਕ ਕਰਦੇ ਹਾਂ ਅਤੇ ਮੈਡਮ ਨੇ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਡਮ ਨੇ ਦੂਜੀ ਵਾਰ ਕਿੱਦਾਂ ਆਉਣਾ ਵਾ ਫਿਰ ਆਈ ਵਾਜ਼ ਰੈਡੀ ਫੋਰ ਇਟ ਅਤੇ ਬਸ ਫਿਰ ਸ਼ੋਰਟ ਕਰ ਲਿਆ ਟੈਨਸ਼ਨ ਹੀ ਨਹੀਂ ਕਿਤੇ ਗੁਰਮੁਖੀ ਦਾ ਪਹਿਲਾਂ ਉਹ ਚੈਲੰਜ ਵੀ ਚੱਲ ਰਿਹਾ ਬਿਲਕੁਲ ਸੋ ਇਸ ਚੈਲੰਜ ਤੋਂ ਪਹਿਲਾਂ ਆਪਾਂ ਬਚਪਨ ਤੋਂ ਪੰਜਾਬੀ ਪੜ੍ਹੀ ਵੀ ਆ ਲਿਖੀ ਵੀ ਆ ਅਤੇ ਆਪਾਂ ਨੂੰ ਲੱਗਦਾ ਸਾਰਿਆਂ ਨੇ ਲਿਖੀ ਹੈ ਬਟ ਜਦੋਂ ਤੁਸੀਂ ਜੋ ਜੋ ਵੱਡੇ ਹੁੰਦੇ ਹੋ ਤੁਹਾਨੂੰ ਇਹ ਲੱਗਦਾ ਕਿ ਉਹ ਚੀਜ਼ ਦੀ ਅਹਿਮੀਅਤ ਹੁਣ ਨਹੀਂ ਰਹੀ ਕਿਉਂਕਿ ਹੁਣ ਤਾਂ ਪੰਜਾਬੀ ਆ ਗਈ ਬੋਲਣੀ ਬੰਦਾ ਲਿਖਦਾ ਉਦੋਂ ਹੀ ਆ ਜਦੋਂ ਉਹਨੂੰ ਬੋਲਣੀ ਨਹੀਂ ਆਉਂਦੀ ਹੁੰਦੀ ਅਤੇ ਪਰ ਸਾਨੂੰ ਮੈਨੂੰ ਲੱਗਦਾ ਮੈਂ ਤਿੰਨ ਚਾਰ ਜਗ੍ਹਾ ਕੈਨੇਡਾ ਵੀ ਨਾ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਊੜਾ ਜਿਹੜਾ ਹੁੰਦਾ ਵਾ ਅਤੇ ਬੜੇ ਸਾਰੇ ਲੋਕ ਨਾ ਭੱਜ ਜਾਂਦੇ ਜਦੋਂ ਇੱਦਾਂ ਦਾ ਚੀਜ਼ ਗਾਉਣ ਕਿਉਂਕਿ ਉਹਨਾਂ ਨੂੰ ਸ਼ਰਮ ਆਉਂਦੀ ਵੀ ਜੇ ਨਾ ਆਇਆ ਬਟ ਮੈਨੂੰ ਲੱਗਦਾ ਜੇ ਨਹੀਂ ਵੀ ਆਉਂਦਾ ਤਾਂ ਸਿੱਖਣ 'ਚ ਕੋਈ ਹਰਜ਼ ਨਹੀਂ ਹੈਗਾ ਆਪਾਂ ਅੱਜ ਵੀ ਕਿਸੇ ਚੀਜ਼ ਨੂੰ ਸਿੱਖ ਸਕਦੇ ਹਾਂ ਅਤੇ ਮੈਂ ਇਹ ਚਾਹਾਂਗਾ ਕਿ ਮੈਂ ਕੱਲ੍ਹ ਪਰਸੋਂ ਪੋਸਟ ਵੀ ਪਾਈ ਸੀ ਇੱਕ ਕਿਉਂਕਿ ਮੈਂ ਤਾਂ ਪਹਿਲੇ ਦਿਨ ਤੋਂ ਹੀ ਆਪਣੀ ਭਾਸ਼ਾ ਨੂੰ ਆਪਣੇ ਗਾਣੇ ਪੰਜਾਬੀ 'ਚ ਹੀ ਵਰਲਡ ਵਾਈਡ ਲੈ ਕੇ ਗਿਆ ਜਿੱਥੇ ਜਿਹਦੇ ਨਾਲ ਵੀ ਗਾਇਆ ਵਾ ਪੰਜਾਬੀ 'ਚ ਗਾਇਆ ਅੱਜ ਤੱਕ ਮੈਂ ਕਿਤੇ ਮੈਂ ਉਹ ਕਹਿ ਰਿਹਾ ਸੀ ਕਿ ਸਾਰਿਆਂ ਨੂੰ ਊੜਾ ਆਉਣਾ ਚਾਹੀਦਾ ਵਾ ਅਤੇ ਜੇ ਸਿੱਖਣਾ ਪਏ ਸਿੱਖੋ ਜਿਨ੍ਹਾਂ ਨੂੰ ਨਹੀਂ ਵੀ ਆਉਂਦਾ ਉਹ ਤੁਸੀਂ ਔਨਲਾਈਨ ਸਿੱਖ ਸਕਦੇ ਹੋ ਜਾਂ ਸਾਡੀ ਫਿਲਮ ਦੇ ਥਰੂ ਵੀ ਸਿੱਖ ਸਕਦੇ ਹੋ ਊੜਾ ਸੋ ਜਾਂਦਿਆਂ ਸਾਰੇ ਬੋਲਾਂਗੇ ਭੱਜਿਓ ਕੋਈ ਨਾ ਹੁਣ ਸਾਡਾ ਮੁੰਡਾ ਫਿਲਮ ਵੇਖਣ ਗਿਆ ਸੀ ਤੀਸਰਾ ਕੌਣ ਨਹੀਂ ਉਹਦਾ ਤੇ ਵਿਆਹ ਵੀ ਹੋ ਗਿਆ ਹੁਣ ਇਹਦਾ ਤੇ ਫਿਲਮ ਦੇਖ ਕੇ ਪਤਾ ਲੱਗੇਗਾ ਦੇਖੋ ਸ਼ਾਹਕੋਟ ਜਿਹੜਾ ਸ਼ਾਹਕੋਟ ਆ ਨਾ ਜੀ ਇਹ ਬਹੁਤ ਵੱਡਾ ਇਮੋਸ਼ਨ ਹੈ ਫਿਲਮ ਜਿਹੜੀ ਆ ਅਤੇ ਇਹ ਨੋਰਮਲ ਫਿਲਮ ਨਹੀਂ ਹੈਗੀ ਨਾ ਹੀ ਇਹ ਹੀ ਹਾ ਫਿਲਮ ਆ ਉਹ ਵੀ ਬਹੁਤ ਸੁਪਰ ਹਿੱਟ ਫਿਲਮ ਆ ਆਪਣੇ ਪੰਜਾਬ 'ਚ ਨੇ ਨਾ ਹੀ ਇਹ ਇੱਕ ਚੀਜ਼ ਨੂੰ ਪੇਸ਼ ਕਰਦੀ ਹੋਈ ਫਿਲਮ ਹੈ ਇਹ ਪ੍ਰੋਪਰ ਸਿਨੇਮਾ ਬਣਾਇਆ ਜੀ ਅਸੀਂ ਇਹ ਆਪਾਂ ਪ੍ਰੋਪਰ ਵਿਜੂਅਲਾਈਜੇਸ਼ਨ ਇੰਨੀ ਵੱਡੀ ਜੋ ਤੁਸੀਂ ਥੀਏਟਰ 'ਚ ਦੇਖੋਗੇ ਇਹ ਤੁਹਾਨੂੰ ਵਧੀਆ ਹੀ ਲੱਗੇਗਾ ਤੁਹਾਨੂੰ ਪ੍ਰਾਊਡ ਫੀਲ ਹੋਵੇਗਾ ਅਤੇ ਮੈਂ ਇਹ ਵੀ ਚਾਹਾਂਗਾ ਕਿ ਭਾਵੇਂ ਤੁਸੀਂ ਮੈਨੂੰ ਜਾਣਦੇ ਹੋ ਇੱਦਾਂ ਜਾਂ ਨਹੀਂ ਜਾਣਦੇ ਹੋ ਤੁਸੀਂ ਓਨੈਸਟ ਰਿਵਿਊ ਦਿਓ ਆਪਣੇ ਈਵਨ ਤੁਸੀਂ ਭਾਵੇਂ ਜੇ ਆਪਾਂ ਹੀ ਤੁਹਾਨੂੰ ਟਿਕਟਾਂ ਭੇਜ ਕੇ ਪਹਿਲੇ ਦਿਨ ਜਿਹੜਾ ਸਕਰੀਨਿੰਗ ਰਖਾਈ ਦੀ ਆ ਉਦੋਂ ਆਪਾਂ ਮੀਡੀਆ ਸੱਦੀ ਦਾ ਕਈ ਵਾਰ ਆਪਾਂ ਐਕਸਪੈਕਟ ਕਰਦੇ ਹਾਂ ਵੀ ਉਹੀ ਕਹੋ ਯਾਰ ਜਾਂ ਵਧੀਆ ਹੀ ਕਹੋ ਸਾਡੀ ਫਿਲਮ ਬਾਰੇ ਕਿਉਂਕਿ ਆਪਾਂ ਨਾਲ ਖੜੇ ਤੁਸੀਂ ਪਰ ਤੁਸੀਂ ਸੱਚਾ ਆਪਣਾ ਇਮੋਸ਼ਨ ਦੱਸਿਓ ਫਿਲਮ ਵੇਖਣ ਤੋਂ ਬਾਅਦ ਕਿਉਂਕਿ ਆਪਾਂ ਬਹੁਤ ਕੌਨਫੀਡੈਂਟ ਹਾਂ ਮੈਂ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਲਾਈਫ ਦੇ ਵਿੱਚ ਬੜਾ ਸੋਚ ਸਮਝ ਕੇ ਬੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਵਾ ਇੱਦਾਂ ਨਹੀਂ ਕੋਈ ਚੀਜ਼ ਫੜਦੀ ਕਿਉਂਕਿ ਓਪਰਚੁਨਿਟੀਜ਼ ਤਾਂ ਐਂਡਲੈਸ ਨੇ ਜਦੋਂ ਤੁਸੀਂ ਇੱਕ ਮੁਕਾਮ 'ਤੇ ਹੁੰਦੇ ਹੋ ਐਵਰੀਬਡੀ ਵਾਂਟਸ ਟੂ ਵਰਕ ਵਿਦ ਯੂ ਸਾਰੇ ਪੈਸਾ ਲੈ ਕੇ ਵੀ ਬੈਠੇ ਹੁੰਦੇ ਨੇ ਹੁਣ ਇਸ ਵੇਲੇ ਪੈਸੇ ਤੋਂ ਗਾਂਹ ਦੀ ਗੱਲ ਆ ਇਸ ਤੋਂ ਬਾਅਦ ਵੀ ਜਿਹੜੀ ਮੈਂ ਅਤੇ ਸ਼ਬਦ ਭਾਈ ਨੇ ਫਿਲਮ ਬਣਾਈ ਜਤਿੰਦਰ ਮੋਰ ਸਾਹਿਬ ਨਾਲ ਬਾਈ ਤੇ ਭਾਊ ਪਾਰਟ 2 ਉਹ ਵੀ ਇੱਕ ਡਿਫਰੈਂਟ ਸਿਨੇਮਾ ਲੈ ਕੇ ਆ ਰਿਹਾ ਸੋ ਮੇਰੀ ਕੋਸ਼ਿਸ਼ ਰਹੇਗੀ ਭਾਵੇਂ ਤੁਸੀਂ ਵੇਖੋ ਭਾਵੇਂ ਤੁਸੀਂ ਨਾ ਵੇਖੋ ਮੈਂ ਫਿਲਮਾਂ ਬਣਾਈ ਜਾਣੀਆਂ
ਮੈਂ ਨਹੀਂ ਹਟਣਾ ਕਿਉਂਕਿ ਮੈਨੂੰ ਆਉਣ ਲੱਗ ਗਿਆ ਮਜ਼ਾ ਫਿਲਮ ਬਣਾਉਣ ਦੀ। ਸਿੱਧੀ ਜਿਹੜੀ ਗੱਲ ਹੈ ਜਿੱਦਾਂ ਗਾਣਿਆਂ 'ਚ ਆਉਂਦਾ ਸੀ ਹਾਂ ਕੀ ਸਾਰਿਆਂ ਦੀ ਲਾਈਫ ਦੇ ਵਿੱਚ ਰੋਮਾਂਸ ਹੈਗਾ ਹੀ ਆ, ਜੇ ਰੋਮਾਂਸ ਨਾ ਹੁੰਦਾ ਤੇ ਆਪਾਂ ਇੱਥੇ ਕੋਈ ਵੀ ਨਾ ਹੁੰਦਾ ਹੈ। ਤੇ ਜੇ ਰੋਮਾਂਸ ਜ਼ਿੰਦਗੀ ਦੇ ਸਾਰੇ ਪਹਿਲੂ ਨੇ, ਜ਼ਿੰਦਗੀ ਦੇ ਸਾਰੇ ਜਿਹੜੇ ਤੁਹਾਡੇ ਪੜਾਅ ਨੇ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਵਾ। ਅਤੇ ਸਾਡੀ ਫਿਲਮ ਜ਼ਰੂਰ ਵੇਖ ਕੇ ਆਓ, ਫਿਰ ਤਰਲੇ ਵਾਲੀ ਗੱਲ ਹੀ ਆ ਜੇ ਬਾਅਦ 'ਚ, ਫਿਰ ਤੁਸੀਂ ਨਾ ਵੇਖੀ। ਬਟ ਸਰ ਤੁਸੀਂ ਇੰਨੀਆਂ ਫਿਲਮਾਂ ਕੀਤੀਆਂ ਨੇ, ਤੁਸੀਂ ਇਹਨਾਂ ਨੂੰ ਕਹੋ ਨਾ ਕੁਛ ਕਿ ਇਹਨਾਂ ਨੂੰ ਫਿਲਮ ਵੇਖ ਕੇ ਆਉਣ ਸਾਰੇ, ਕੀ ਕਹਿ ਸਕਦੇ ਹਾਂ ਆਪਾਂ ਸਰ ਸੁਣਨੇ, ਮਤਲਬ ਕੀ ਕਹਿ ਸਕਦੇ ਹਾਂ, ਮਤਲਬ ਵਟ ਇਜ਼ ਦੈਟ ਵਨ ਵਰਡ ਕਿ ਆਪਾਂ ਕੀ। ਦੇਖੋ ਜੀ, ਅਗਰ ਇਸ ਫਿਲਮ ਨੂੰ ਦੇਖਣ ਵਾਸਤੇ ਗੁਰੂ ਵਾਰ ਵਾਰ ਕਹਿ ਰਿਹਾ ਕੀ ਕਹਿ ਸਕਦੇ ਹਾਂ, ਅਤੇ ਇਸ ਦਾ ਫਿਲਮ ਦਾ ਸੁਰੀ ਹੋਈ ਕਿ ਕੀ ਕਹਿ ਸਕਦੇ ਹਾਂ, ਉਸ ਵਾਸਤੇ ਤੁਸੀਂ ਫਿਲਮ ਵੇਖ ਸਕਦੇ ਕਿ ਵੇਖਣ ਤੋਂ ਬਾਅਦ ਕੀ ਕਹਿ ਸਕਦੇ ਹਾਂ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਸਾਰੀ ਟੀਮ ਦਾ। ਜਿਸ ਤਰ੍ਹਾਂ ਹਮੇਸ਼ਾ ਕਹਿੰਦੇ ਕਿ ਪਰਮਾਤਮਾ ਸੁੱਖ ਰੱਖੇ ਤੁਹਾਡੀ ਫਿਲਮ ਔਰ ਦਰਸ਼ਕਾਂ ਦੀ ਕਸੌਟੀ ਦੀ ਖਾਣੀ ਮਿੱਤਰ, ਬਹੁਤ ਮਿਹਨਤ ਕੀਤੀ ਹੈ। ਔਰ ਰਾਜ ਬੱਬਰ ਸਾਹਿਬ ਤੁਹਾਡਾ ਵੈਲਕਮ ਇੱਕ ਵਾਰੀ ਫਿਰ ਪੰਜਾਬੀ ਸਿਨੇਮਾ ਦੇ ਵਿੱਚ। ਲੌਂਗ ਦੇ ਸ਼ਿਕਾਰੇ ਵਿੱਚ ਤੁਹਾਨੂੰ ਦੇਖਿਆ ਸੀ ਉਦੋਂ ਮੈਂ ਛੋਟਾ ਜਿਹਾ ਸੀ, ਲੇਕਿਨ ਉਸ ਤੋਂ ਬਾਅਦ ਅੱਜ ਦਰਸ਼ਨ ਕਰਨ ਦਾ ਮੌਕਾ ਲੱਗਿਆ ਸਰ, ਤੁਸੀਂ ਓਦਾਂ ਨਹੀਂ ਪਏ ਹੋ ਜਦੋਂ ਵੱਟ ਦੇ ਭੱਟ ਕੇ ਗਾਣਾ ਗਾਉਂਦੇ ਸੀ, ਤੇਰੀ ਤੋੜਨੇ ਪਾਉਣੇ ਤੋਂ ਅੱਜ ਵੀ ਸੇਮ ਹੀ। ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ। ਇੱਕ ਮੇਰੀ ਬੇਨਤੀ ਹੈ ਕਿ ਕੁਛ ਲੋਕਾਂ ਨੇ ਸਾਡੇ ਬੰਦਿਆਂ ਨੇ ਫੋਟੋਆਂ ਕਰਾਉਣੀਆਂ ਨੇ, ਬਾਉਂਸਰਾਂ ਨੂੰ ਬੇਨਤੀ ਹੈ ਅੰਦਰ ਨਾ। ਜਿਹੜਾ ਫੋਟੋ ਖਿੱਚ ਕੇ ਲੈ ਕੇ ਜਾਏਗਾ ਤੁਹਾਡੀ ਫਿਲਮ ਦਾ ਪ੍ਰਚਾਰ ਹੀ ਕਰੇਗਾ। ਇਸ ਕਰਕੇ ਅਸੀਂ ਸਾਰੇ ਤੁਹਾਡੇ ਲਈ ਆਏ ਹਾਂ, ਤਾਂ ਤੁਸੀਂ 10 ਮਿੰਟ ਸਾਨੂੰ ਦੇ ਦਿਓ ਆਪਣਾ ਹੀ ਮੀਡੀਆ ਸਮਝੋ।